ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਰੇਡੀਓ ਵਿਰਸਾ NZ 107 FM ਦੇ ਉੱਤੇ। ਆਪਾਂ ਅੱਧਾ ਘੰਟਾ ਹੋਰ ਹੈਗੇ ਸਾਡੇ ਨਾਲ ਸਰੋਤੇ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਗੁਰੂ ਫਤਿਹ ਜੀ। ਹਾਂਜੀ ਮੈਂ ਬਲਵਿੰਦਰ ਸਿੰਘ ਬੋਲਦਾ ਜੀ ਮਕੰਦਪੁਰ ਤੋਂ। ਹਾਂਜੀ ਲੁਧਿਆਣੇ ਤੋਂ ਜੀ। ਹਾਂਜੀ ਕੀ ਹਾਲ ਹੈ ਜੀ? ਹਾਂਜੀ ਚੜ੍ਹਦੀ ਕਲਾ ਬਾਬਾ ਜੀ। ਭਾਈ ਸਾਹਿਬ ਉਹ ਗੱਲ ਕਰਦੀ ਸੀ ਜਿਹੜੇ ਭਾਈ ਸਾਹਿਬ ਆਪਾਂ ਪਹਿਲਾਂ ਕਿਰਪਾਲ ਸਿੰਘ ਜੀ ਗੱਲ ਕਰਕੇ ਗਏ ਆ। ਹਾਂਜੀ ਉਹ ਕਹਿ ਰਹੇ ਸੀ ਵੀ ਹਜੇ 70% 60-70% ਬੰਦੇ ਜਿਹੜੇ ਇਹਨਾਂ ਨੂੰ ਗੁਰਮਤ ਦੀ ਸਮਝ ਨੀ ਲੱਗੀ, ਵਹਿਮਾਂ ਭਰਮਾਂ ਚ ਫਸੇ ਆ। ਹਾਂਜੀ ਵੀ ਅਸੀਂ ਉਹਨਾਂ ਨੂੰ ਕੱਢਣਾ ਚਾਹੁੰਦੇ ਨੇ ਧੁੰਦਾ ਜੀ ਜਾਂ ਜਿਹੜੇ ਪੰਚਪ੍ਰੀਤ ਸਿੰਘ ਜੀ। ਹਾਂਜੀ ਤੇ ਉਹ ਗੱਲ ਕਰਨੀ ਸਾਡੇ ਪਿੰਡ ਇੱਕ ਤਾਰ ਹਾਂਜੀ ਇੱਕ ਡੋਗਰ ਸਿੰਘ ਇੱਕ ਹਰਜੀਤ ਸਿੰਘ ਉਹਨਾਂ ਨੂੰ 15 ਸਾਲ ਹੋ ਗਏ ਦੀਵਾਨ ਸੁਣਦਿਆਂ ਨੂੰ ਤੇ ਉਹ ਤਾਂ ਚੇਂਜ ਹੋ ਗਈ। ਪਤਾ ਨੀ ਕਿੱਦਾਂ ਹੋਣੀ ਨਹੀਂ ਕਿਰਪਾਲ ਸਿੰਘ ਨੂੰ ਪੁੱਛੇ ਭਰਾਵਾ ਤੂੰ ਕਿੰਨਾ ਚੇਂਜ ਹੋ ਗਿਆ, ਜਾਣੀ ਕਿੱਦਾਂ ਕੀ ਆਸ ਕਰੀਏ ਗਾਹਾਂ ਅਸੀਂ ਤੁਹਾਨੂੰ ਸੁਣ ਕੇ ਕੀ ਕਰਨਾ ਗਾਹਾਂ ਕੌਮ ਨੇ ਕੀ ਕਰਨਾ ਹਨਾ। ਹਾਂਜੀ ਬਾਕੀ ਦੂਜੀ ਗੱਲ ਜਿਹੜੀ ਆਪਾਂ ਕਹਿੰਦੇ ਗੁਰਮਤ ਸੇਵਾ ਲਹਿਰ ਹੁਣ ਇਹਨਾਂ ਦੀ ਸੰਸਥਾ ਬਣੀ ਆ ਭਾਈ ਸਾਹਿਬ ਦੀ ਪੰਚਪ੍ਰੀਤ ਸਿੰਘ ਜੀ। ਹਾਂਜੀ ਤੇ ਚਲੋ ਇਹਨਾਂ ਨੂੰ ਸੁਣਨ ਜਾਂਦੇ ਆ ਤੇ ਇਹਨਾਂ ਨੇ ਜਦੋਂ ਇਹ ਮੀਟਿੰਗ ਕਰਦੇ ਆ 6 ਮਹੀਨੇ ਬਾਅਦ ਛਮਾਹੀ ਮੀਟਿੰਗ। ਹਾਂਜੀ ਉਦੋਂ ਪਹਿਲਾਂ ਪਿੰਡਾਂ ਚ ਮੀਟਿੰਗ ਕਰਦੇ ਆ ਇਹ ਵੀ ਜਿਹੜੇ ਜਿਵੇਂ ਅਲੱਗ ਅਲੱਗ ਹਲਕੇ ਸਾਡਾ ਇੱਧਰ ਹਲਕਾ ਨਾਰੰਗਾਲ ਖੁਰਦ ਉੱਥੇ ਮੀਟਿੰਗ ਸੀਗੀ ਇਹਨਾਂ ਦੀ ਤੇ ਭਾਈ ਰਣਧੀਰ ਸਿੰਘ ਦਾ ਅਗਰ ਆਓ ਸ਼ਾਇਦ ਤੁਹਾਨੂੰ ਪਤਾ ਹੋਵੇ ਤੇ ਉੱਥੇ ਨਾ ਮੀਟਿੰਗ ਹੋਈ ਵੋਟਾਂ ਤੋਂ ਪਹਿਲਾਂ ਵੀ ਅਸੀਂ ਆਪਾਂ ਵੀ ਉੱਥੇ ਮੀਟਿੰਗ ਤੇ ਜਾਣਾ ਵੀ ਜੇ ਕਿਸੇ ਨੇ ਕੋਈ ਆਪਣਾ ਪੁਆਇੰਟ ਰੱਖਣਾ ਤਾਂ ਰੱਖ ਦਿਓ ਤੇ ਉਹ ਤੋਂ ਪਹਿਲਾਂ ਉਹ ਮੀਟਿੰਗ ਤੋਂ ਪਹਿਲਾਂ ਭਾਈ ਸਾਹਿਬ ਤੇ ਕੇਜਰੀਵਾਲ ਦੀ ਮੀਟਿੰਗ ਹੋਈ ਸੀ ਜਿਹੜੇ ਉੱਥੇ ਸਾਡੇ ਜਿਹੜੇ ਪ੍ਰਚਾਰਕ ਇਹਨਾਂ ਦੇ ਆਪਣੇ ਹਰਪ੍ਰੀਤ ਸਿੰਘ ਜਗਰਾਓ ਉਹ ਮੀਟਿੰਗ ਅਟੈਂਡ ਕਰਨ ਆਏ ਸੀ ਸਾਡੇ ਜਾਣੀ ਮੇਨ ਪਰ ਇਹਨਾਂ ਮੈਨੂੰ ਗੁਰਮਤ ਸੇਵਾ ਲਹਿਰ ਵੱਲੋਂ। ਹਾਂਜੀ ਤੇ ਚਲੋ ਮੈਂ ਉਹਨਾਂ ਨੂੰ ਕੁਆਸਚਨ ਪੁੱਛਿਆ ਉੱਥੇ ਸਾਰੇ 50 ਕੁ ਬੰਦੇ ਬੈਠੇ ਸੀ ਮੈਂ ਕਿਹਾ ਵੀ ਭਾਈ ਸਾਹਿਬ ਕੇਜਰੀਵਾਲ ਨਾਲ ਮੀਟਿੰਗ ਕੀਤੀ ਹੈ ਵੀ ਉਹਨਾਂ ਨੇ ਅੰਦਰ ਕੀ ਗੱਲਬਾਤ ਹੋਈ ਹੈ ਵੀ ਉਹਦੇ ਬਾਰੇ ਮਾੜਾ ਦੱਸ ਸਕਦੇ ਸਾਨੂੰ ਵੀ ਕੀ ਹੋਇਆ ਵੀ ਕੀ ਪਲਾਨ ਬਣਿਆ ਹਨਾ। ਹਾਂਜੀ ਕਹਿੰਦੇ ਵੀ ਉਹਦੇ ਬਾਰੇ ਵੀ ਸਾਨੂੰ ਉਹਦੇ ਬਾਰੇ ਨੀ ਪਤਾ ਹੈਗਾ ਕਹਿੰਦੇ ਤੇ ਫਿਰ ਮਤਲਬ ਬਾਕੀ ਉਹ ਤੋਂ ਬਾਅਦ ਜਿਹੜੀ ਮੀਟਿੰਗ ਹੁੰਦੀ ਆ 20,000 ਬੰਦਾ ਤਾਂ ਹੁੰਦਾ ਜੀ ਟਿੱਟ ਪੰਡਾਲ ਚ ਬੈਠਾ ਥੱਲੇ। ਹਾਂਜੀ ਤੇ ਇਹਨਾਂ ਦੇ ਅਲੱਗ ਅਲੱਗ ਪ੍ਰਚਾਰਕ ਆਪਣਾ ਟੋਪਿਕ ਡਿਸਾਈਡ ਕਰਕੇ ਆਉਂਦਾ ਕੋਈ ਕਹਿੰਦਾ ਵੀ ਮੈਂ ਅੱਜ ਰੱਖਣੀਆਂ ਤੇ ਬੋਲੂੰਗਾ ਮੈਂ ਲੋਹੜੀ ਤੇ ਬੋਲੂ ਕੋਈ ਇਹਦਾ ਟੋਪਿਕ ਡਿਸਾਈਡ ਕਰਕੇ ਉਹਨੂੰ ਮੀਟਿੰਗ ਕਹਿੰਦੇ ਆ ਵੀਰਾ ਸਾਡਾ ਹਾਸਾ ਤਾਂ ਪਹਿਲਾਂ ਹੀ ਅਸੀਂ ਮਾਈਕ ਸੱਚ ਜਾਣੇ ਜਦੋਂ ਬੋਲਦਾ ਸੀ ਨਾ ਅਸੀਂ ਆਪਣੀ ਮਾਈਕ ਬੰਦ ਕਰਕੇ ਹੱਸਦੇ ਸੀ ਕੀ ਕਰਦੇ ਅਸੀਂ। ਨਹੀਂ ਨਹੀਂ ਮਤਲਬ ਉੱਥੇ ਨਾ ਤੇ ਵੀ ਤੁਸੀਂ ਜਿਹੜੇ ਹੁਣ ਮੰਨ ਲਓ ਜੇ ਇਹ ਕਹਿੰਦੇ ਆ ਵੀ ਹਰ ਇੱਕ ਦਾ ਸੋਚਣ ਦਾ ਨਜ਼ਰੀਆ ਅਲੱਗ ਅਲੱਗ ਆ ਹਾਂਜੀ ਤਾਂ ਜਿਹੜੇ ਸਰੋਤੇ ਸੁਣਦੇ ਇਹਨਾਂ ਨੂੰ ਉਹਨਾਂ ਹਰ ਇੱਕ ਦਾ ਉਹਨਾਂ ਦਾ ਵੀ ਤਾਂ ਨਜ਼ਰੀਆ ਅਲੱਗ ਅਲੱਗ ਹੋਊਗਾ ਨਾ ਜੀ। ਬਿਲਕੁਲ ਬਿਲਕੁਲ ਜੇ ਉਹਨਾਂ ਨੇ ਵਿਚਾਰ ਰੱਖਣਾ ਉਹ ਹੁਣ ਵੀ ਹੁਣ ਤੁਸੀਂ ਤਾਂ ਸਟੇਜ ਤੇ ਵੈਸੇ ਹੋ ਯਾਰ ਬੰਦਾ ਥੱਲੇ ਬੈਠਾ ਮੀਟਿੰਗ ਉਹ ਕਿਹੜੀ ਪਹਿਲਾਂ ਆਪਣੇ ਹੁਣ ਬਾਹਰ ਜਾ ਕੇ ਗੱਲ ਕਰ ਲਈ ਤੁਸੀਂ। ਹਾਂਜੀ ਭਿੰਦੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਜੀ? ਠੀਕ ਹੈ ਜੀ। ਮੈਂ ਤਾਂ ਉਹ ਮੈਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਜੀ। ਨਹੀਂ ਨਹੀਂ ਇੱਕ ਮਿੰਟ। ਹਾਂਜੀ ਪਹਿਲਾਂ ਸਾਡਾ ਸਟੈਮਿਨਾ ਕਿੱਦਾਂ? ਧੰਨਿਆ ਜੀ ਧੰਨਿਆ ਏਦਾਂ ਜਿਗਰਾ ਲੋਕ ਕਹਿੰਦੇ ਜਿਗਰਾ ਨੀ ਇਹਨਾਂ ਦਾ ਏਦਾਂ ਗੁੱਸੇ ਹੋ ਜਾਂਦੇ ਦੇਖਿਆ ਦਿਖਾਲਿਆ ਕਿ ਨਹੀਂ ਮੰਨ ਗਏ ਭਾਈ ਅੱਜ ਤਾਂ ਸਾਨੂੰ ਘੰਟਾ ਬਿਲਕੁਲ ਉਹ ਕਿਸੇ ਮਤਲਬ ਪਤਾ ਨੀ ਇਹ ਕੀ ਕਿਹੜੀ ਕੈਟਾਗਰੀ ਚ ਇਹਨਾਂ ਨੂੰ ਰੱਖੀਏ। ਮੈਂ ਕਈ ਵਾਰ ਜਿੱਦਾਂ ਗੱਡੀ ਚ ਬੈਠਾ ਸੁਣਦਾ ਸੀ, ਕਈ ਵਾਰ ਜਿੱਦਾਂ ਮੇਰਾ ਦਿਲ ਜਿਹਾ ਕੀਤਾ ਸਟੇਅਰਿੰਗ ਚ ਸਿਰ ਮਾਰਾ ਗਿੱਲ ਕੰਧਾਂ ਨੂੰ ਮਾਰਦਾ ਸੀ, ਮੈਂ ਪਾਣੀ ਦਾ ਕੱਪ ਚੱਕਿਆ ਸੀ ਸਿਰ ਚ ਪਾਉਣ ਉਹ ਮੇਰਾ ਕੰਧ ਚ ਮਾਰ ਹਟਿਆ ਸਿਰ ਯਾਰ। ਆਹੋ ਮੈਂ ਕਿਹਾ ਇਹ ਵੀ ਜਿਗਰਾ ਕਰਕੇ ਬੈਠੇ ਹੀ ਆ 3-4 ਮੈਂ ਵੀ ਸੁਣੀ ਜਾਂਦਾ। ਨਹੀਂ ਨਹੀਂ ਜਿਹੜੀ ਹੈ ਨਾ ਜਾਗਰੂਕ ਮਤਲਬ ਜਾਗਰੂਕ ਤੋਂ ਜਿਹੜੀ ਵਿਦਵਾਨਾਂ ਵਾਲੀ ਅਪਗ੍ਰੇਡਿੰਗ ਆ ਇੱਦਾਂ ਹੁੰਦੀ ਆ ਪੰਚਪ੍ਰੀਤ ਤੋਂ ਬਾਅਦ ਬਣਦਾ
ਹੁਣ ਜਿਹੜੀ ਪਹਿਲਾਂ ਜਸਵਿੰਦਰ ਢੋਲਕੀ ਹੁੰਦਾ ਆ, ਫਿਰ ਬੰਦਫਰੀਦ ਬਣਦਾ, ਫਿਰ ਕਿਰਪਾਲ ਸਿੰਘ ਬਠਿੰਡਾ, ਗਾਹ ਪਤਾ ਨੀ ਕੀ ਬਣਦਾ, ਇੰਨੇ ਇੰਨੇ ਨੀਵੇਂ ਇੰਨੇ ਹਲਕੇ ਤਰਕ ਅੱਛਾ ਕਹਿੰਦਾ ਲੋਕਾਂ ਨੂੰ ਲੋੜ ਆ ਮਤਲਬ ਸੁਣਨ ਦੀ, ਤੁਸੀਂ ਫਿਰ ਤੁਸੀਂ ਕਾਹਦੇ ਵਿਦਵਾਨ ਆ ਜੇ ਲੋਕਾਂ ਨੇ ਲੋੜ ਦੱਸਣੀ ਆ। ਨਹੀਂ ਇੱਕ ਇੱਕ ਚੀਜ਼ ਹੋਰ ਆ, ਮੇਰਾ ਸਵਾਲ ਆ ਵੀ ਜੇ ਮੰਨ ਲਓ ਇਹ ਇੱਦਾਂ ਕਥਾ ਕਰੀ ਜਾਣ 50 ਸਾਲ, ਹਾਂਜੀ ਕੌਮ ਦਾ ਹਰ ਬੰਦਾ ਕੱਲਾ ਕੱਲਾ ਬੰਦਾ ਇੱਦਾਂ ਪੰਥਪ੍ਰੀਤ ਸਿੰਘ, ਜਸਵਿੰਦਰ ਸਿੰਘ ਢੋਲਕੀ, ਮਾਝੀ, ਢਪਾਲੀ, ਧੁੰਦਾ, ਕਿਰਪਾਲ ਸਿੰਘ ਬਠਿੰਡਾ, ਇੱਦਾਂ ਬਣ ਜਾਏ ਹਰੇਕ ਬੰਦਾ, ਹਾਂਜੀ ਮਤਲਬ ਫਿਰ ਕੀ ਹੋਊਗਾ? ਆਹੀ ਕੜੀ ਹੋਣੀ ਆ, ਆਹੀ ਕੁਛ ਹੋਣਾ ਹੈ। ਹਾਂਜੀ ਹੁਣ ਤਾਂ ਮੈਨੂੰ ਕਈ ਵਾਰੀ ਲੱਗਦਾ ਵੀ ਇਹਨਾਂ ਦੇ ਖੂਹ ਦਾ ਪਾਣੀ ਪੀ ਲਈਏ ਅਸੀਂ, ਇੱਦਾਂ ਕਰਿਆ ਕਰੀਏ ਰੇਡੀਓ ਤੇ, ਹਨਾ। ਆਹੋ ਬਈ ਇਹਨੇ ਉਦਾਂ ਆਪਣੇ ਵਰਗੇ ਬੰਦੇ ਨੇ ਉਦਾਂ ਫਿਰ ਕੰਧ ਕੁੰਧ ਚ ਸਿਰ ਮਾਰਨਾ ਹਨਾ, ਕਿਉਂਕਿ ਉਹਦੇ ਬਸ ਦੀ ਗੱਲ ਨੀ ਰਹਿਣੀ। ਜੇ ਜੇ ਤਾਂ ਹੁਣ ਪਿੰਡ ਦੇ ਵਿੱਚ ਬੰਦਾ ਰਹਿੰਦਾ ਹੋਵੇ ਤਾਂ ਸਾਰੇ ਕਮਲੇ ਹੋਣ ਤਾਂ ਉਹਨੇ ਤਾਂ ਡਿਪਰੈਸ਼ਨ ਨਾਲ ਮਰ ਜਾਣਾ, ਉਹਨੇ ਤਾਂ ਡਿਪਰੈਸ ਹੋ ਕੇ ਮਰ ਜਾਣਾ, ਉਹਨੇ ਰੱਬ ਨੂੰ ਕਹਿਣਾ ਵੀ ਜਾਂ ਤਾਂ ਮੈਨੂੰ ਵੀ ਕਮਲਾ ਬਣਾਉਂਦਾ, ਤੂੰ ਉਹਨੇ ਇਹ ਥੋੜੋ ਕਹਿਣਾ ਵੀ ਮਤਲਬ ਕਹਿਣਾ ਮੈਨੂੰ ਵੀ ਕਮਲਾ ਹੋਣਾ ਚਾਹੀਦਾ ਸੀ। ਹੋ ਜਾਣਾ ਚਲੋ ਦੇਖਦਾ। ਆਹੋ ਵੀ ਤੁਸੀਂ ਆਪਣੇ ਆਪ ਨੂੰ ਆਰਟੀਕਲ ਦੇਖੋ, ਆਰਟੀਕਲ ਲਿਖਣ ਨੂੰ ਹੀ ਮਤਲਬ ਉਹ ਸਮਝੀ ਜਾਂਦਾ ਵੀ ਪਤਾ ਨੀ ਕੀ ਜੇ ਤਿਆਰ ਰੱਖਣ ਲਿਖ ਮਸਲਾ, ਚਲੋ ਉਹ ਨੀ ਹੈਗਾ, ਪਰ ਮਸਲਾ ਤਾਂ ਹੈਗਾ ਭਰਾਵਾ ਤੂੰ ਰੇਡੀਓ ਤੇ ਆਇਆ, ਤੂੰ ਕਿਉਂ ਆਪਣਾ ਜਲੂਸ ਕਢਾ ਰਿਹਾ? ਇੱਕ ਜਵਾਬ ਤੂੰ 3 ਵਾਰ ਲੈ ਕੇ ਤੂੰ ਕਿਉਂ ਇਹ ਕਹਿ ਰਿਹਾ ਵੀ ਮੈਂ ਜਵਾਬ ਨੀ ਮਿਲਿਆ? ਨਹੀਂ ਨਹੀਂ ਉਹ ਪਤਾ ਕੀ ਕਹਿੰਦਾ ਸੀ, ਮੁੰਡੇ ਨੇ ਉਹਨੂੰ ਫੋਨ ਕਰਿਆ ਬਾਅਦ ਚ, ਉਹ ਕਹਿੰਦਾ ਵੀ ਇਹਨੇ ਸਾਨੂੰ ਉਲਝਾਉਣਾ ਸੀ, ਅਸੀਂ ਇਹਨੂੰ ਉਲਝਾਈ ਰੱਖਿਆ। ਅੱਛਾ ਹਾਂ ਉਹ ਜਾਣੀ ਹੁਣ ਆ ਜਾਣੀ ਆ, ਤੁਸੀਂ ਘੰਟੇ ਕੁ ਤਾਂ ਦੇਖ ਲਿਓ ਫੇਸਬੁੱਕ ਦੇ ਉੱਤੇ, ਬਲਰਾਜ ਹੁਣੀ ਪਤਾ ਕੀ ਕਹਿਣਾ, ਉਹ ਜਿੱਦਾਂ ਉਹ ਗੁਰਲਾਲ ਦੀ ਵਾਰੀ ਕਹਿੰਦੇ ਸੀ, ਪਤੰਦਰ ਕਹਿੰਦੇ ਸੀ, ਇਹਨੂੰ ਇੱਕ ਵੀ ਗੱਲ ਦਾ ਜਵਾਬ ਨੀ ਆਇਆ ਹਰਨੀਕ ਨੂੰ। ਨਹੀਂ ਨਹੀਂ ਏਦਾਂ ਨੀ ਭਰਾਵੋ, ਤੂੰ ਕਹਿ ਜਿੱਦਾਂ ਜਿੱਦਾਂ ਤੁਸੀਂ ਬੋਲਦੇ ਆ, ਜਿੱਦਾਂ ਤੁਸੀਂ ਗੱਲ ਕਰਦੇ ਆ, ਏਦਾਂ ਤਾਂ ਸਾਨੂੰ ਸਾਰੀ ਉਮਰ ਨੀ ਜਵਾਬ ਆ ਸਕਦੇ ਤੁਹਾਡੇ ਸਾਹਮਣੇ। ਨਹੀਂ ਕਿੱਦਾਂ ਜ਼ਿੰਦਗੀ ਦੇ ਹਾਰੇ ਹੋਏ ਬੰਦੇ ਨੀ ਇਹ, ਹੋਰ ਕੀ ਨਿਰਾਸ਼ਾ ਲੋਕਾਂ ਚ ਨਿਰਾਸ਼ਾ ਭਰੀ ਜਾਂਦੇ ਆ, ਤਾਂ ਹੀ ਇਹਨਾਂ ਦੇ ਮੂਹਰੇ ਬੈਠਣ ਵਾਲਿਆਂ ਦੇ ਵਿੱਚ ਨਿਰਾਸ਼ਾ ਆਈ ਜਾਂਦੀ ਆ ਦਿਨ ਪਰ ਦਿਨ। ਇਹਨਾਂ ਮੈਨੂੰ ਮੈਂ ਤਾਂ ਰੇਡੀਓ ਤੇ ਵੀ ਗੱਲ ਕਰ ਲਵਾਂਗੇ ਵੀ ਕੋਈ ਏਦਾਂ ਦਾ ਬੰਦਾ ਦੱਸੋ ਜਿਹੜਾ ਇਹਨਾਂ ਦੇ ਸਾਹਮਣੇ ਉੱਠ ਕੇ ਹਨਾ ਸਵਾਲ ਕਰਨ ਲੱਗ ਪਿਆ ਦੁਨੀਆਂ ਨੂੰ, ਉਹ ਬੰਦਾ ਦੱਸੋ ਜਿਹੜਾ ਅਕਲ ਦੇ ਨਾਲ ਸਵਾਲ ਕਰਨ ਲੱਗ ਪਿਆ। ਹਾਂ ਇਹ ਜ਼ਰੂਰ ਆ ਵੀ ਉਹਨਾਂ ਨੂੰ ਵੱਧ ਤੋਂ ਵੱਧ ਉਹ ਕੀ ਕਰਨ ਲੱਗ ਪਿਆ ਆ, ਉਹ ਜਿਹੜੇ ਮੜੀਆਂ ਮਸਾਣਾ ਤੇ ਜਾਂਦੇ ਆ ਉਹਨਾਂ ਦੇ ਨਾਲ ਹੱਥੋਂ ਪਾਈ ਹੋਣ ਲੱਗ ਪਿਆ ਆ ਜਿੱਦਾਂ ਉਹਨੂੰ। ਹਾਂ ਇਹਨਾਂ ਨੇ ਸਮੁੱਚਤਾ ਨੀ ਦੱਸੀ ਹੈਗੀ ਉਹਨੂੰ, ਉਹਨਾਂ ਨੇ ਦੱਸ ਦਿੱਤਾ ਵੀ ਮੜੀ ਮਸਾਣ ਤੇ ਨੀ ਜਾਣਾ ਹੈਗਾ, ਦੀਵੇ ਤੋੜ ਦੇਣੇ ਆ, ਗਾਨਾ ਨੀ ਬੰਨਣਾ ਹੈਗਾ, ਆਹ ਨੀ ਕਰਨਾ, ਉਹ ਨੀ ਕਰਨਾ, ਪਰ ਇਹ ਨੀ ਦੱਸਿਆ ਵੀ ਇਦੂ ਬਾਅਦ ਜੋ ਕੁਛ ਕਰਨਾ ਹੈ ਉਹ ਤਾਂ ਇਹਨਾਂ ਨੂੰ ਆਪ ਨੀ ਪਤਾ, ਪਤੰਦਰਾਂ ਨੂੰ ਉਹਨੂੰ ਵੀ ਦੱਸੋ। ਨਹੀਂ ਇੱਕ ਗੱਲ ਹੋਰ ਆ ਪਿੰਦੇ ਵੀਰੇ, ਜਿੱਦਾਂ ਉਹ ਕਹਿੰਦੇ ਸੀ ਨਾ ਵੀ 70% ਜਿਹੜੀ ਸਿੱਖ ਕੌਮ ਆ ਹਜੇ ਇਹਨਾਂ ਮਨਮਤੀਆਂ ਚ ਫਸੀ ਹੋਈ ਆ, ਮਤਲਬ 20 ਸਾਲ ਦੇ ਪ੍ਰਚਾਰ ਨਾਲ ਜੇ 30% ਸੁਧਰੇ ਆ ਤੇ 70% ਨੂੰ ਹੁਣ ਤੂੰ ਟੈਕਨੀਕਲੀ ਮੈਸਾ ਲਾ ਦੇ ਰਿਹਾ, 100 ਸਾਲ ਤੱਕ ਤਾਂ ਕੌਮ ਦਾ ਕੁਛ ਭਲਾ ਹੀ ਨੀ ਹੋਣਾ। ਨਹੀਂ ਨਹੀਂ ਮਨੋਵਿਗਿਆਨਕ ਕਹਿੰਦੇ ਆ ਵੀ ਜੇ ਕੌਮ ਦੇ ਵਿੱਚ 5% ਬੰਦੇ ਸੁਧਰ ਜਾਣ ਨਾ, ਹਾਂਜੀ 5% ਬੰਦੇ ਸਟੈਂਡ ਲੈ ਲੈਣ, ਹਾਂਜੀ ਤੇ ਇਨਕਲਾਬ ਆ ਜਾਂਦਾ ਆ, ਉਹ ਕੌਮ ਦੇ ਵਿੱਚ ਇਨਕਲਾਬ ਨੂੰ ਰੋਕ ਨੀ ਸਕਦਾ ਕੋਈ। ਠੀਕ ਹੈ ਜੀ, ਇਹ ਦਾਵਾ ਕਰੀ ਜਾਂਦੇ ਵੀ 30% ਸੁਧਰੇ ਹੋਏ ਆ, ਮੇਰਾ ਖਿਆਲ ਇਹਨੇ ਕੇਜਰੀਵਾਲ ਨੂੰ ਮਿਲੀਆਂ ਸੀਟਾਂ ਦੇ ਨਾਲ ਅਨੁਪਾਤ ਲਾ, ਕਿੰਨੀਆਂ ਸੀਟਾਂ ਮਿਲੀਆਂ ਉਹਨੂੰ ਜੀ? 22 ਮਿਲੀਆਂ, 100 ਚ 22 ਮਿਲੀਆਂ, ਥੋੜੀਆਂ ਥੋੜੇ ਪਰਸੈਂਟ ਹੋਇਆ। ਨਹੀਂ 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 ਆਹ ਸਵਾਲ, ਇਹ ਸਵਾਲ ਗੁਰੂ ਸਾਹਿਬ ਦੇ ਟਾਈਮ ਵੀ ਮਤਲਬ ਕੀਤੇ ਹੋਣੇ ਆ ਲੋਕਾਂ ਨੇ, ਏਦਾਂ ਖੋੜੋ ਮਤਲਬ ਜੇ ਆਹ ਤਰੀਕਾ ਨੀ ਹੈਗਾ। ਦੇਖੋ ਆਪਾਂ ਇਹ ਤਾਂ ਗੱਲ ਕਹਿੰਦੇ ਆ ਵੀ ਜਦੋਂ ਕਿਸੇ ਨੇ ਗੁਰਬਾਣੀ ਪੜ੍ਹਨ ਲੱਗਣੀ ਹੈ ਜਾਂ ਸਕੂਲੇ ਜਾਣ ਲੱਗਣਾ, ਉਹਨੂੰ ABC ਸਿਖਾਲਣੀ ਜ਼ਰੂਰੀ ਆ, ਪਰ ਇਹ ਖੋੜੋ ਆ ਵੀ 10ਵੀਂ ਤੱਕ, BA ਤੱਕ, MA ਤੱਕ ਉਹਨੂੰ ABC ਸਿਖਾਲੀ ਜਾਓ, ਪਹਿਲੀ ਕਲਾਸ ਚ ਦੂਜੀ ਚਲ ਗਿਆ ਹੋਵੇ, ਜਦੋਂ ਜਾ ਹੀ ਨੀ ਰਹੀ ਕੌਮ ਦੂਜੀ ਕਲਾਸ, ਤਾਂ ਅਸੀਂ ABC ਪੜ੍ਹਾਉਣ ਕਿੱਦਾਂ ਹਟ ਜਾਈਏ? ਆਹੋ ਇਹ ਤਾਂ ਉਹ ਸਕੂਲ ਆ ਜਿੱਥੇ ਟੀਚਰ ਵੀ 20 ਸਾਲਾਂ ਦਾ ਇੱਕੋ ਹੀ ਆ ਤੇ ਪੜ੍ਹਨ ਵਾਲੇ ਵੀ, ਮੈਂ ਕਹਿੰਦਾ ਫਿੱਟ ਲਾਣ ਤੇ ਫਿਰ ਇੱਦਾਂ ਦੇ ਸਕੂਲ ਦੇ, ਇਹ ਤਾਂ ਬਣਦੇ ਹੀ ਮਤਲਬ ਇੱਦਾਂ ਦਾ ਤਾਂ ਫਿਰ ਬਣਦੇ ਹੀ ਚੰਗਾ, ਜਿਹਨਾਂ ਨੇ 20 ਸਾਲਾਂ ਚ ਅਕਲ ਨੀ ਲਈ ਉਹ ਹੁਣ ਕੀ ਲਓਗੇ ਦੱਸੋ? ਟਿਊਸ਼ਨ ਕਰ ਰਹੇ ਸੀ, ਟਿਊਸ਼ਨ ਪੜ੍ਹਾ ਰਹੇ ਨੰਬਰ 2, ਤੁਸੀਂ ਹੁਣ 5% ਦੀ ਗੱਲ ਕੀਤੀ ਹੈ ਨਾ ਜੀ, ਕੌਮ ਦੇ ਵਿੱਚ 5% ਵੀ ਹੋ ਜਾਣ,
ਪਤਾ ਨਹੀਂ ਤੁਸੀਂ ਨਿਊਜ਼ ਦੇਖੀ ਸੀ ਜਾਂ ਨਹੀਂ ਦੇਖੀ ਸੀ, ਚਾਈਨਾ ਦੇ ਵਿੱਚ ਇੱਕ ਸਟੂਡੈਂਟ ਨੇ ਪੂਰਾ ਪੂਰੇ ਟੈਂਕਾਂ ਦੀ ਲਾਈਨ ਰੋਕਤੀ ਸੀ ਕੱਲੇ ਮੁਰੇ ਆ ਕੇ, ਪਤਾ ਨੀ ਤੁਹਾਨੂੰ ਯਾਦ ਹੈ ਉਸ ਨਿਊਜ਼ ਦੇਖੀ? ਇੱਕ ਸਟੂਡੈਂਟ ਨੇ, ਜਦੋਂ ਸਟੂਡੈਂਟ ਮੂਵਮੈਂਟ ਜੀ ਚੱਲੀ ਸੀ ਨਾ ਚਾਈਨਾ ਚ, ਟੈਂਕਾਂ ਦੇ ਮੂਰੇ ਇੱਕ ਕੱਲਾ ਸਟੂਡੈਂਟ ਨੇ ਹੱਥਾ ਅੱਗੇ ਟੈਂਕਾਂ ਦੇ ਮੂਰੇ ਖੜ ਗਿਆ ਸੀ, ਉਹ ਟੈਂਕ ਉਹਨੇ ਟੈਂਕ ਦੀ ਲਾਈਨਾਂ ਦੀ ਲਾਈਨਾਂ ਟੈਂਕਾਂ ਦੀਆਂ ਰੋਕ ਦਿੱਤੀਆਂ ਸੀ ਤੇ ਉਹ ਮੂਵ ਨਹੀਂ ਸੀ ਹੋ ਸਕਦੇ ਕੱਲਾ ਸਟੂਡੈਂਟ ਨੇ, ਕਿਉਂਕਿ ਉਹਦੇ ਵਿੱਚ ਜਾਗਰੂਕਤਾ ਆਈ ਸੀ। ਨੰਬਰ ਤਿੰਨ ਸਰ, ਉਹ ਜਵਾਬ ਮੰਗ ਰਹੇ ਸੀਗੇ ਆਪਣੇ ਮਤਲਬ ਦਾ, ਔਰ ਤੁਸੀਂ ਉਹਨਾਂ ਨੂੰ ਉਹਦੇ ਮਤਲਬ ਦਾ ਜਵਾਬ ਨਹੀਂ ਸੀ ਦੇ ਰਹੇ। ਮੈਂ ਸਾਰੀ ਗੱਲਾਂ ਦਾ ਮਾਫ਼ੀ ਚਾਹੁੰਦਾ, ਉਹ ਮਾਫ਼ੀ ਤੇ ਵੀ ਸੈਟਿਸਫਾਈ ਨਹੀਂ ਹੈ, ਯੂ ਕੈਨ ਨੋਟ ਸੈਟਿਸਫਾਈ ਐਨੀਬਡੀ। ਪਤਾ ਨੀ ਕੀ ਚਾਹੁੰਦੇ ਇੱਕ ਭਾਜੀ, ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ, ਇੱਕ ਛੋਟੀ ਜਿਹੀ ਬੇਨਤੀ ਕਰਕੇ ਮੈਂ ਗੱਲ ਸੁਣਾ ਕੇ ਮਾਫ਼ੀ ਚਾਹਾਂਗਾ। ਉਹ ਇੱਕ ਲੇਡੀ ਕਹਿੰਦੀ ਹੈ ਮੈਂ ਫਲਾਣੇ ਬੰਦੇ ਦੇ ਘਰ ਨਹੀਂ ਵਸਣਾ, ਉਹ ਕਹਿੰਦੇ ਜੀ ਇਹਦੇ ਚ ਨੁਕਸ ਕੀ ਹੈ? ਕੋਈ ਨਾ ਨੁਕਸ ਲੱਭੇ ਨਾ, ਉਹ ਕਹਿੰਦੇ ਜੀ ਇਹ ਜਦੋਂ ਰੋਟੀ ਖਾਂਦਾ ਇਹਦੀ ਦਾੜੀ ਹਿੱਲਦੀ ਹੈ, ਠੀਕ ਹੈ ਨਾ ਜੀ। ਹੁਣ ਇੱਥੇ ਦਾੜੀ ਹਿੱਲਣ ਵਾਲਾ ਹੀ ਮਸਲਾ ਹੈਗਾ, ਬਿਲਕੁਲ ਦਾੜੀ ਹਿੱਲਣ ਵਾਲਾ ਮਸਲਾ, ਔਰ ਤੁਸੀਂ ਮੈਨੂੰ ਲੱਗਦਾ ਵਿੱਚ ਪਾਣੀ ਪੀਂਦੇ ਰਹੇ ਹੋ, ਉਹਨੂੰ ਦਿਸਦਾ ਰਿਹਾ। ਲੇਕਿਨ ਕਹਿਣ ਦਾ ਮਕਸਦ ਹੈ ਤੁਸੀਂ ਇੱਕ ਗੱਲ ਤੇ ਸਟੱਕ ਨਾ ਹੋ, ਅੜੋ ਨਾ, ਮੈਨੂੰ ਜਵਾਬ ਦਿਓ। ਤੁਸੀਂ ਕਿਹਾ ਭਾਜੀ ਮੈਨੂੰ ਟਾਈਮ ਦਿਓ ਜਾਂ ਮੇਰੇ, ਮੈਂ ਦੇ ਦਿੱਤਾ ਤਿੰਨ ਵਾਰ ਦੇ ਦਿੱਤਾ ਚਾਰ, ਚਲੋ ਸਭ ਤੋਂ ਵੱਡਾ ਜਵਾਬ ਲਓ, ਮੈਂ ਦੋਨੋਂ ਗੱਲਾਂ ਦੀ ਮਾਫ਼ੀ ਮੰਗਦਾ, ਇਸ ਤੋਂ ਵੱਡਾ ਜਵਾਬ ਕੀ ਹੋ ਸਕਦਾ? ਨਿਆਣਾ ਵੀ ਕੋਈ ਸ਼ਰਾਰਤ ਕਰਦਾ ਨਾ ਘਰ ਚ, ਜਦੋਂ ਸੋਰੀ ਕਹਿੰਦਾ ਨਾ ਕੋਈ ਸਾਡਾ ਮਕਸਦ ਇਹ ਨੀ ਸੀਗਾ ਜਾ ਕੇ ਪਿਸ਼ਾਬ ਦੀ ਝਾਗਾਂ ਬਹਿ ਜਾਏ, ਨਹੀਂ ਤਾਂ ਧੁੰਦਾ ਗੱਲ ਕਰ ਲਵੇ ਸਾਡੇ ਨਾਲ, ਮਨਦੀਪ ਵਰਮਨ ਹੁਣੀ ਗੱਲ ਕਰ ਲੈਣ ਸਾਡੇ ਨਾਲ। ਉੱਥੇ ਸਾਡਾ ਮਕਸਦ ਇਹ ਸੀ ਵੀ ਇਹਨੇ ਜਾਣਾ ਆ, ਹਾਂਜੀ, ਜਾ ਕੇ ਉੱਥੇ ਮੂੰਹ ਚੁਲਸ ਕੇ ਉਹਨਾਂ ਦਾ ਆ ਜਾਣਾ, ਹਾਂਜੀ, ਆ ਕੇ ਇਹਨੂੰ ਫਿਰ ਆਪਣੀਆਂ ਗੱਲਾਂ ਉੱਦਾਂ ਹੀ ਕਰੀ ਜਾਣੀ, ਬਿਲਕੁਲ ਜੀ, ਦੁਬਾਰਾ ਫਿਰ ਸੱਦਣਗੇ, ਹਾਂਜੀ, ਫਿਰ ਤਰੀਕੇ ਨਾਲ, ਜਿਹੜੇ ਮਗਰ ਨਵੇਂ ਪ੍ਰਚਾਰਕ ਆ ਨਾ, ਹਾਂਜੀ, ਉਹਨਾਂ ਨੂੰ ਹੌਸਲਾ ਮਿਲੂਗਾ ਕਿ ਯਾਰ ਬੋਲਣਾ ਕੋਈ ਗੁਨਾਹ ਨਹੀਂ ਹੈਗਾ, ਬਾਤਵਾ ਸਾਨੂੰ ਪੇਸ਼ ਹੋ ਜਾਏਗਾ, ਜਵਾਬ ਆ ਜਾਏਗਾ। ਉਦੋਂ ਮੈਨੂੰ ਲੱਗਦਾ ਸੀ ਵੀ ਜੇ ਧੁੰਦੇ ਨੂੰ ਛੇਕ ਦਿੱਤਾ, ਹਾਂਜੀ, ਮਗਰਲਿਆਂ ਨੇ ਹਰੇਕ ਨੇ ਕਹਿਣਾ ਵੀ ਯਾਰ ਜੇ ਐਡਾ ਬੰਦਾ, ਵੱਡਾ ਬੰਦਾ ਛੇਕ, ਅਸੀਂ ਰੋਟੀ ਕਿੱਥੋਂ ਖਾਵਾਂਗੇ? ਅਸੀਂ ਨਹੀਂ ਬੋਲਣਾ, ਹਾਂਜੀ, ਇਹ ਟਕਸਾਲ ਦੇ ਹੱਕ ਚ ਬੋਲੋ, ਹਾਂਜੀ, ਜਿੱਥੇ ਤਰ੍ਹਾਂ ਦੇ ਹੱਕ ਚ ਬੋਲੀ ਜਾਓ, ਮੌਜਾਂ ਦੇ ਨਾਲ ਰਾਮ ਰੋਟੀ ਖਾਈਏ ਆਪਣੇ, ਹਾਂਜੀ, ਹਨਾ। ਜੇ ਜਾਇਆ ਵੇ ਹਰੇਕ ਨੂੰ ਲੱਗੂਗਾ ਵੀ ਯਾਰ ਕੁਛ ਨੀ ਹੋਣ ਲੱਗਾ, ਜਾਣਾ ਕੋਈ ਗੁਨਾਹ ਥੋੜੋ ਵਾ, ਹਾਂਜੀ, ਹਨਾ, ਇੱਥੇ ਗਦਾਰ ਥੋੜੀ ਕਹਿਣ ਲੱਗਾ, ਜੇ ਧੁੰਦਾ ਜਾਇਆ ਸਾਨੂੰ ਕੀ ਹੁੰਦਾ, ਹਾਂਜੀ, ਚੰਗੀ ਤਰ੍ਹਾਂ ਬੋਲੂਗੇ, ਕਿੰਨੇ ਕੁ ਨੂੰ ਸੱਦੀ ਜਾਊਗੇ, ਹਾਂਜੀ, ਹਰੇਕ ਹਫਤੇ ਇੱਕ ਬੰਦਾ ਆਪੇ ਥੱਕ ਜਾਣਾ ਉਹਨਾਂ ਨੇ, ਬਿਲਕੁਲ ਜੀ। ਹੁਣ ਇਹ ਇਦਾਂ ਦੀ, ਪਰ ਉਹ ਨਹੀਂ, ਉਹਦੇ ਉੱਤੇ ਕੋਈ ਲਹਿਰ ਨਹੀਂ ਬਣੀ, ਕੋਈ ਖੜਿਆ ਨੀ, ਮੈਂ ਥੋੜੀ ਪੰਜਾਬ ਜਾ ਕੇ ਖੜੇ ਕਰਨੇ ਸੀਗੇ, ਹਾਂਜੀ। ਹੁਣ ਮੈਨੂੰ ਇਹ ਮਿਹਣੇ ਦੇਈ ਜਾਣੇ ਆ ਵੀ ਤੂੰ ਭਾਈ ਉਹਨੂੰ ਕਹਿੰਦਾ ਹੁਣ ਮਰਜ਼ੀ ਨਾ ਚੱਲੋ, ਮੈਂ ਕਿਹਨੂੰ ਕਿਹਾ ਮਰਜ਼ੀ ਨਾ ਚੱਲਣ ਨੂੰ, ਹਾਂਜੀ। ਹੁਣ ਅਸੀਂ ਕਿਹਾ ਸੀ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਵੇਲੇ ਵੀ ਤੁਸੀਂ ਸਟੈਂਡ ਲਾਓ, ਹਾਂਜੀ, ਪਰ ਇਹ ਦੱਸਣ ਦੇ ਉੱਤੇ ਅਸੀਂ ਠੀਕ ਸੀ ਕਿ ਗਲਤ ਸੀ, ਹਾਂਜੀ। ਹੁਣ ਜਿਹੜੇ ਅਸੀਂ ਸਟੈਂਡ ਲਾਏ ਆ ਉਹਦੇ ਬਾਰੇ ਸਾਨੂੰ ਦੱਸ ਦੇਣ, ਇਹ ਜਿੱਥੇ ਅਸੀਂ ਗਲਤ ਅਸੀਂ ਮਾਫ਼ੀ ਮੰਗ ਲੈਂਦੇ ਹਾਂ, ਅਸੀਂ ਤਾਂ ਬਿਨਾਂ ਗਲਤੀ ਤੋਂ ਵੀ ਮਾਫ਼ੀ ਮੰਗੀ ਜਾਂਦੇ, ਹੋਰ ਕੀ ਕਰੀਏ, ਕਿਉਂ ਭਾਈ ਸਾਹਿਬ ਜੀ? ਬਿਲਕੁਲ ਸਹੀ ਗੱਲ, ਇਸ ਤੋਂ ਸਾਬਤ ਹੁੰਦਾ ਹੈ ਇਹ ਕੌਮ ਦੇ ਪ੍ਰਚਾਰਕ ਨਹੀਂ, ਇਹ ਪ੍ਰੋਫੈਸ਼ਨਲ ਪ੍ਰਚਾਰਕ ਨੇ, ਜਿੱਥੋਂ ਇਹਨਾਂ ਨੂੰ ਆਪਣਾ ਫਾਈਨੈਂਸ਼ੀਅਲ ਬੈਨੀਫਿਟ ਹੁੰਦਾ ਉਹ ਉਹ ਸਾਈਡ ਤੇ ਪਾਸਾ ਵੱਲ। ਮੈਂ ਕਿਹਾ ਕਾਹਨੂੰ ਕਹਿਣਾ ਵੀ ਗੱਲ ਤਾਂ ਟੁੱਕੜਾਂ ਦੀ ਆ, ਤੁਹਾਨੂੰ ਜਿਹਨੂੰ ਤੁਸੀਂ ਕੌਮ ਦੀਆਂ ਇਹ ਗੱਲਾਂ ਨਾਲ ਜੋੜੀ ਜਾਂਦੇ ਆ, ਗੱਲ ਤਾਂ ਰੋਟੀ ਦੀ ਆ ਭਾਈ, ਉਹਨੂੰ ਅਸੀਂ ਉਹਦੀ ਰਿਸਪੈਕਟ ਕਰਦੇ ਹਾਂ, ਅਸੀਂ ਕਦੋਂ ਕਹਿੰਦੇ ਹਾਂ, ਹਾਂਜੀ, ਅਸੀਂ ਅਸੀਂ ਜੇ ਇੱਥੇ ਜਿੱਥੇ ਅਸੀਂ ਖੜੇ ਹਾਂ, ਹਾਂਜੀ, ਕਿਹਨੂੰ ਨੀ ਨਿਊਜ਼ੀਲੈਂਡ ਦੇ ਵਿੱਚ ਪਤਾ ਵੀ ਸਾਡਾ ਕੀ ਸਟੈਂਡ ਆ? 2013 ਵਿੱਚ ਜਥੇਦਾਰ ਗੁਰਬਚਨ ਸਿੰਘ, ਪਿੰਦਰਪਾਲ ਸਿੰਘ, ਪਰਮਜੀਤ ਖਾਲਸਾ, ਹਾਂਜੀ, ਫੈਡਰੇਸ਼ਨ ਦਾ ਪ੍ਰਧਾਨ ਆ ਉੱਥੇ, ਜਿਹੜੀਆਂ ਬਾਦਲਾਂ ਦਾ ਖਾਸ ਬੰਦਾ ਆ, ਮਹਿਤੇ ਹੁਣਾਂ ਦਾ, ਠੀਕ ਹੈ, ਚਾਵਲੇ ਹੁਣਾਂ ਦਾ, ਉਹ ਬੰਦੇ ਨਾਲ 40 ਬੰਦੇ ਇੱਥੋਂ ਨਿਊਜ਼ੀਲੈਂਡ ਤੋਂ, ਹਾਂਜੀ, ਉਹ ਬੰਦੇ ਗੁਰਦੁਆਰੇ ਚ ਆਏ, ਇੱਥੋਂ ਪੋਸਟਰ ਲਾ ਕੇ ਲਗਾਏ, 10 ਉਹਨਾਂ ਦੇ ਖਿਲਾਫ ਪੋਸਟਰ ਲੱਗੇ ਹੋਏ ਸੀ। ਅੱਛਾ, ਉਦੋਂ ਪਿੱਟ ਸਿਆਪਾ ਪਾਇਆ ਉਹਨੇ ਵੀ ਇਹਨਾਂ ਨੂੰ ਉੱਥੇ ਪੇਸ਼ ਕਰੋ, ਇੱਥੋਂ ਸਰੂਪ ਚਕਾਓ, ਇਹ ਗੁਰਦੁਆਰਾ ਨਹੀਂ ਹੈਗਾ, ਬੰਦ ਕਰਾਓ ਇਹਨੂੰ। ਅੱਛਾ ਜੀ, 2013 ਵਿੱਚ, ਠੀਕ ਹੈ ਜੀ, ਹਨਾ। ਹੁਣ ਸਾਨੂੰ ਇਹ ਕਹੀ ਜਾਂਦੇ ਵੀ ਜਥੇਦਾਰਾਂ ਨਾਲ 12 ਚ ਕਹਿੰਦੇ ਜਥੇਦਾਰਾਂ ਨਾਲ ਸਲਾਹ ਕਰਕੇ ਨਹੀਂ ਧੁੰਦਾ, ਲਾਣ ਤੇ ਆ ਯਾਰ ਤੁਹਾਡੇ, ਸਾਨੂੰ ਇਹ ਮਰਿਆਦਾ ਤੋੜਨੀ, ਬਦਲਣੀ, ਅਰਦਾਸਾਂ ਬਦਲਣੀਆਂ, ਸਾਨੂੰ ਕਿੰਨੀਆਂ, ਸਾਡੀ ਕੀ ਲੱਤ ਭੰਨਣੀ ਕਿਸੇ ਨੇ? ਨਹੀਂ ਜੀ, ਪਰ ਅਸੀਂ ਫਿਰ ਵੀ ਕਹਿੰਦੇ ਹਾਂ ਵੀ ਨਹੀਂ, ਰਹਿਤ ਮਰਿਆਦਾ ਅੱਖਰ ਅੱਖਰ ਮੰਨ ਲੈਣੀ ਚਾਹੀਦੀ ਆ, ਹਾਂਜੀ, ਪਰ ਜੇ ਫੀਲਡ ਚ ਲੜਾਈ ਲੜਨੀ ਚਾਹੀਦੀ ਆ ਤਾਂ ਉਹ 10 ਮਿੰਟਾਂ ਦਾ ਪ੍ਰਕਾਸ਼ ਚੱਕਣ ਦੀ ਲੜਨੀ ਚਾਹੀਦੀ, ਕਾਹਦੇ ਕਰਕੇ ਵੀ ਇਹਨਾਂ ਦੀ ਰੋਟੀ ਚੱਲਦੀ ਰਹੇ, ਬਿਲਕੁਲ, ਸਾਨੂੰ ਰੋਟੀ ਮਿਲਣੀ ਆ ਉੱਥੋਂ ਸਟੇਜਾਂ ਚੱਲਣੇ ਨਾਲ, ਅਸੀਂ ਤਾਂ ਕਹਿੰਦੇ ਕੱਲ ਨੂੰ ਗੁਰਦੁਆਰਾ ਬੰਦ ਹੋਵੇ, ਗੁਰਦੁਆਰੇ ਚਾਹੀਦੇ ਨੀ, ਸਾਨੂੰ ਲੰਗਰ ਬਣਾਉਣਾ ਪੈਂਦਾ, ਕੰਮ ਪੈਂਦਾ ਸਾਨੂੰ ਤਾਂ।
ਨਹੀਂ ਇੱਕ ਹੋਰ ਗੱਲ ਆ, ਜਦੋਂ ਤੁਸੀਂ ਸਮਰਥਨ ਦਿੱਤਾ ਧੁੰਦਾ ਜੀ ਨੂੰ ਤਾਂ ਵੀ ਦੋਸ਼ ਤੁਹਾਡੇ ਤੇ, ਹੁਣ ਤੁਸੀਂ ਧੁੰਦੇ ਵਿਰੋਧ ਕਰਦਾ ਤਾਂ ਵੀ ਦੋਸ਼ ਤੁਹਾਡੇ ਤੇ, ਇਹਨਾਂ ਲੌਜਿਕ ਨਹੀਂ ਸਮਝ ਆਉਂਦਾ ਇਹਨਾਂ ਦਾ। ਚਲੋ ਐਟ ਦੀ ਐਂਡ ਆਫ ਦਾ ਡੇ ਆਪਣਾ ਹਰੇਕ ਸਿੰਘ ਹਰ ਜਗ੍ਹਾ ਤੇ ਰੋਂਗ ਠਹਿਰਾਣਾ, ਬਟ ਸ਼ਰੋਤਿਆਂ ਨੂੰ ਫੈਸਲਾ ਕਰਨ ਦਿਓ, ਤੇ ਲੇਕਿਨ ਮੈਨੂੰ ਸ਼ੱਕ ਸੀ, ਮੈਂ ਕਿਹਾ ਜੇ ਬਲਜਿੰਦਰ ਹੋਇਆ ਫੇਰ ਤਾਂ ਹੋਊਗਾ। ਮੈਂ ਕਿਰਪਾਲ ਸਿੰਘ ਨੂੰ ਦੇਖ ਕੇ ਨਾ ਜਾਣੀ, ਮੈਂ ਜੇ ਬਲਜਿੰਦਰ ਹੋਇਆ ਫੇਰ ਹੋਊਗਾ ਉਹ। ਨਹੀਂ ਨਹੀਂ ਉਹ ਤਾਂ ਅਸਲ ਚ ਪਤਾ ਕੀ ਚਾਹੁੰਦਾ ਸੀਗਾ, ਉਹ ਚਾਹੁੰਦਾ ਸੀਗਾ ਵੀ ਤੁਸੀਂ ਉਹਦੀ ਕੁੱਤਿਆ ਬਿੱਲਿਆ ਕਰੋ, ਫਿਰ ਮੈਂ ਜਾ ਕੇ ਬਾਹਰ ਤੇ ਦੱਸਾਂ ਵੀ ਮੇਰੇ ਨਾਲ ਗੱਲ ਨੀ ਕੀਤੀ, ਮੇਰੇ ਨਾਲ ਏਦਾਂ ਵੀ ਮੇਰੇ ਨਾਲ ਵੀ ਓਦਾਂ ਕੀਤੀ ਪ੍ਰਚਾਰ। ਹੁਣ ਇਹ ਬੰਦੇ ਚਾਹੁੰਦੇ ਨੀ ਹੁੰਦੇ ਗੱਲ ਕਰਨੀ, ਹੁਣ ਤੁਸੀਂ ਲਈ ਤੁਸੀਂ ਜਵਾਬ ਉਹਨਾਂ ਗੱਲਾਂ ਦਾ, ਉਹਨੂੰ ਜਵਾਬ ਥੋੜੀ ਵਿਚਾਰੇ ਨੂੰ ਸਮਝ ਆਉਂਦੀ ਹੈ, ਬਜ਼ੁਰਗ ਹੋਇਆ ਵਿਆ ਉਹ ਇਹਨਾਂ ਗੱਲਾਂ ਕਿੱਥੇ ਸਮਝ ਆਉਂਦੀਆਂ ਇਹ ਗੱਲਾਂ। ਉਹ ਤਾਂ ਵਾਰੀ ਵਾਰੀ ਇਹ ਚਾਹੁੰਦਾ ਸੀਗਾ ਵੀ ਮੈਂ ਤਿੰਨ ਚਾਰ ਵੀ ਪੁੱਛੂਗਾ, ਚਾਰ ਵਾਲੀ ਪੁੱਛੂ, ਪੰਜ ਵਾਲੀ ਪੁੱਛੂਗਾ, ਤਾਂ ਆਪੇ ਆ ਫਰਸਟ੍ਰੇਟ ਹੋ ਜਾਣਾ ਹੈ ਨਾ ਬੰਦੇ ਨੇ, ਉਹ ਫਰਸਟ੍ਰੇਟ ਹੋ ਕੇ ਮੈਨੂੰ ਕੁੱਤਿਆ ਬਿੱਲਿਆ ਮੇਰੀ ਕਰੂਗਾ, ਤੇ ਫਿਰ ਮੈਂ ਕਹੂੰਗਾ ਲੈ ਵਿਚਾਰ। ਅਸੀਂ ਮਾਈਕ ਬੰਦ ਕਰਕੇ ਹੱਸੀ ਗਏ। ਨਹੀਂ ਨਹੀਂ ਉਹ ਅਸਲ ਦੇ ਵਿੱਚ ਹੁਣ ਜੀ ਇਹ ਬੰਦਾ ਬਠਿੰਡੇ ਵਾਲਾ ਇਹ ਕਹਿੰਦਾ ਕਿ ਤੁਹਾਨੂੰ 2012 ਚ ਵੀ ਉਹਨੂੰ ਮਤਲਬ ਰਮੇਕ ਸਿੰਘ ਦੀ ਸਟ੍ਰੈਟਜੀ ਸਮਝ ਨੀ ਆਈ, 9 ਚ ਵੀ ਨੀ ਆਈ, 14 ਚ ਵੀ ਨੀ ਆਈ ਉਹਨੂੰ, ਸਰਗਾੜੀ ਵੇਲੇ ਕਿਸੇ ਵੀ ਨੀ ਆਈ, ਹੁਣ ਵੀ ਨੀ ਆਉਂਦੀ। ਇਹਦਾ ਮਤਲਬ ਇਹ ਵੀ ਇਹ ਨੀ ਹੋ ਸਕਦਾ ਵੀ ਤੈਨੂੰ ਤੇਰਾ ਹੀ ਦਿਮਾਗ ਨਾਲ ਕੰਮ ਕਰਦਾ ਹੋਵੇ, ਤੈਨੂੰ ਸਮਝ ਨੀ ਆਉਂਦੀ ਜਿਹੜੀਆਂ ਗੱਲਾਂ। ਇਹ ਜਰੂਰੀ ਥੋੜੀ ਮੂਹਰਲੇ ਬੰਦੇ ਦੀ ਸਟ੍ਰੈਟਜੀਆਂ ਗਲਤ ਹੋਣ, ਇਹ ਵੀ ਤਾਂ ਹੋ ਸਕਦਾ ਤੁਹਾਨੂੰ ਸਮਝ ਹੀ ਨਾ ਆਉਂਦੀਆਂ ਹੁਣ ਉਸ ਸਟ੍ਰੈਟਜੀ ਦੇ ਨਾਲ, ਤੁਸੀਂ ਇਸ ਗੱਲਾਂ ਦੇਖ ਹੀ ਨਾ ਰਹੇ ਹੋ। ਇਹ ਬੰਦੇ ਤਾਂ ਜੀ ਜਿੱਦਾਂ ਅੱਜ ਇਹਨੇ ਕੀਤੀ ਹੈ ਤਾਂ ਉਹ ਤਾਂ ਧਾਨੀ ਹੈ, ਮਤਲਬ ਸੁਣਨ ਵਾਲੇ ਬੰਦਿਆਂ ਨੂੰ ਮੈਨੂੰ ਸਮਝ ਤਾਂ ਆ ਗਈ ਸੀ, ਪਰ ਅੱਜ ਬੜਾ ਵਧੀਆ ਐਪੀਸੋਡ ਰਿਹਾ। ਜਿਹੜੇ ਬੰਦੇ ਕਹਿੰਦੇ ਸੀ ਨਾ ਵੀ ਤੁਸੀਂ ਇਹਨਾਂ ਨੂੰ ਟਾਈਮ ਨੀ ਦਿੰਦੇ ਬੋਲਣ ਦਾ, ਮੌਕਾ ਨੀ ਦਿੰਦੇ, ਰੇਡੀਓ ਵਾਲੇ ਬੋਲਣ ਨੀ ਦਿੰਦੇ, ਨਹੀਂ ਤਾਂ ਪਤਾ ਨੀ ਕੀ ਚੰਦ ਚਾੜ ਦੇਣਾ ਇਹਨਾਂ ਨੇ, ਆਹੀ ਕੁਛ ਚਾੜਨਾ। ਹੁਣ ਲੋਕਾਂ ਨੇ ਆਪੇ ਫੋਨ ਕਰ ਕਰਕੇ ਕਹਿਣਾ ਭਰਾਵਾ ਇਹਨਾਂ ਨੂੰ ਨਾ ਦਿਆ ਕਰੋ ਮੌਕਾ ਬੋਲਣ ਦਾ। ਅਸੀਂ ਮੈਂ ਕਿਹਾ ਮੈਂ ਪੰਥਪ੍ਰੀਤ ਹੋਣਾ ਦੀ ਵੀ ਗਰੰਟੀ ਦੇ ਦਿੰਦਾ, ਜਿੱਦਣ ਨਾ ਇਹਨਾਂ ਨੂੰ ਸਵਾਲ ਜਵਾਬ ਕਰਨੇ ਪੈ ਗਏ, ਹਾਂਜੀ ਆਹੀ ਹਾਲ ਹੋਣਾ। ਮੇਰਾ ਤਾਂ ਇੰਨਾ ਬਾਹ ਇਹਨਾਂ ਨਾਲ ਰਿਹਾ ਨਾ, ਮੈਂ ਧੁੰਦਾ ਜੀ ਦੀ ਪੇਸ਼ੀ ਵੇਲੇ ਨਾ, ਹਾਂਜੀ ਉਦੋਂ ਏਦਾਂ ਫੋਨ ਫ੍ਰੀ ਨੀ ਸੀ ਹੁੰਦੇ, ਕਾਰਡ ਤੋਂ ਫੋਨ ਕਰਨਾ ਮੈਂ ਨਾ, ਹਾਂਜੀ ਘਰ ਵਾਲੇ ਤੋਂ ਤਾਂ ਚੰਗਾ ਮਹਿੰਗਾ ਪੈਂਦਾ ਸੀ, ਹੁਣ ਜਦੋਂ ਮੋਬਾਈਲ ਤੋਂ ਘਰੇ ਹੋਣਾ, ਚਲੋ ਘਰੇ ਤਾਂ ਹੋ ਜਾਣਾ, ਮੋਬਾਈਲ ਤੋਂ ਜਦੋਂ ਮੈਂ ਕਰਨਾ ਸਵਾ ਦੋ ਘੰਟੇ ਪੇ ਏਦਾਂ ਸਟ੍ਰੈਟਜੀ ਬਣਾ ਕੇ ਵੀ ਦੇਖੋ ਇੱਕ 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 ਸੰਸਥਾ ਬਣਾਈਏ ਹਨਾ, ਫਿਰ ਇਹਨਾਂ ਨੂੰ ਮੈਂ ਇਹ ਵੀ ਸੁਝਾਅ ਦਿੱਤਾ, ਮੈਂ ਕਿਹਾ ਵੀ ਇੱਧਰੋਂ ਗਿਆਨੀ ਗੁਰਬਚਨ ਸਿੰਘ, ਹਾਂਜੀ ਪ੍ਰਭਦੀਪ ਤੇ ਮਨਦੀਪ ਵਰਨਾ ਵਾਲਾ, ਹਾਂਜੀ ਇਹ ਤਿੰਨਾਂ ਦਾ ਇੱਦਾਂ ਇੱਕ ਗਰੁੱਪ ਬਣਾਈਏ, ਇਹ ਤਿੰਨ ਜਣੇ ਦੁਨੀਆਂ ਚ ਜਿੰਨੇ ਵੀ ਗਰੁੱਪ ਆ ਸਾਰਿਆਂ ਨਾਲ ਟੱਚ ਕਰਨ, ਹਾਂਜੀ ਇੱਕ ਇੱਕ ਥਾਂ ਮੀਟਿੰਗ ਸੱਦੀ ਜਾਵੇ, ਪ੍ਰੋਫੈਸਰ ਦਰਸ਼ਨ ਸਿੰਘ ਨੂੰ ਮੁਖੀ ਬਣਾਇਆ ਜਾਵੇ, ਹਾਂਜੀ ਇੱਕ ਸੰਸਥਾ ਟਰੱਸਟ ਖੜਾ ਕੀਤਾ ਜਾਵੇ, ਉਹਦੇ ਚ ਦੋ ਹਿੱਸੇ ਬਣਾਏ ਜਾਣ, ਇੱਕ ਉਹ ਜਿਹੜੇ ਚ ਜੀਣ ਵਾਲੇ ਹੋਣੀ ਦਸਵੇਂ ਗ੍ਰੰਥ ਦੇ ਪੱਕੇ ਵਿਰੋਧੀ ਜਿਹੜੇ ਇੱਕ ਪਾਸੇ ਹੋਣ, ਇੱਕ ਪਾਸੇ ਪੰਜਾਬ ਚ ਫੀਲਡ ਚ ਕੰਮ ਕਰਨੇ ਵਾਲੇ, ਜਿਹੜੇ ਫੀਲਡ ਵਾਲੇ ਆ ਉਹ ਦਸਵਰਾਂ ਦੇ ਪ੍ਰਕਾਸ਼ ਦਾ ਵਿਰੋਧ ਕਰਕੇ ਥੱਲੇ ਮਰਿਆਦਾ ਦੀ ਗੱਲ ਕਰਨ, ਮਿਸ਼ਨਰੀ ਕਾਲਜ ਸਾਰੇ ਨਾਲ ਹੋ ਜਾਣ, ਜਿਹੜੇ ਬਾਹਰਲੇ ਆ ਉਹ ਆਪਣੀਆਂ ਗੱਲਾਂ ਕਰੀ ਜਾਣ, ਇਹ ਥੱਲੇ ਵਾਲੇ ਉਹਨਾਂ ਤੇ ਦਬਾਅ ਪਾਉਣ ਅਕਾਲ ਤਖ਼ਤ ਤੇ ਵੀ ਸਾਡੀ ਗੱਲ ਮੰਨ ਲਓ, ਨਹੀਂ ਤਾਂ ਅਸੀਂ ਉੱਧਰ ਰਲ ਜਾਣਾ, ਫਿਰ ਇੱਦਾਂ ਸਟ੍ਰੈਟਜੀ ਬਣਾ ਕੇ ਲੜਾਈ ਲੜੋ 10 ਸਾਲ, ਬਾਹਰ ਸੰਸਥਾ ਬਣਾਉਣੀਆਂ ਸ਼ੁਰੂ ਕਰ ਦਈਏ, ਪੰਜਾਬ ਚ ਉਹ ਫੀਲਡ ਦੇ ਵਿੱਚ ਕੰਮ ਕਰੀ ਜਾਣ, ਹੋ ਸਕਦਾ 10 ਸਾਲਾਂ ਚ ਕੰਮ ਕਰਕੇ ਉੱਥੇ ਸ਼੍ਰੋਮਣੀ ਕਮੇਟੀ ਚ ਬੰਦੇ ਖੜੇ ਕਰਨ ਦਾ ਕੰਮ ਆ ਜਾਏ, ਮਤਲਬ ਏਦਾਂ ਦੇ ਆਰਟੀਕਲ ਲਿਖ ਕੇ ਇਹਨਾਂ ਨੂੰ ਫੋਨ ਕਰ ਕਰਕੇ ਮੇਰਾ ਸਿਰ ਖਪ ਗਿਆ ਜਾਣੀ, ਉਹਦੇ ਬਦਲੇ ਚ ਮੈਨੂੰ ਮਿਲੀਆਂ ਗਾਲਾਂ। ਹੁਣ ਧੁੰਦਾ ਜੀ ਇਹ ਗੱਲ ਜਾਣੀ ਬਲਜਿੰਦਰ ਸਿੰਘ ਧੁੰਦਾ ਜੀ ਜੇ ਕਿਤੇ ਕਹਿ ਦੇਣ ਗੱਲ ਇਹ, ਤੇ ਉਦੋਂ ਉਦੋਂ ਹਰਨੇਕ ਨੇ ਵਾਕਿਆ ਹੀ ਮੇਰਾ ਕੰਮ ਖਰਾਬ ਕੀਤਾ ਜਾਣੀ, ਇੱਦਾਂ ਵੀ ਸਵਾਦ ਆ ਜਾਏ ਜਾਣੀ, ਮੈਂ ਕਹਿੰਦਾ ਵੀ ਤਾਂ ਏਦਾਂ ਦਾ ਏਦਾਂ ਦੀ ਜ਼ਿੰਦਗੀ ਸਫਲ ਹੋ ਜਾਓ ਮੇਰੀ ਜਾਣੀ, ਵੀ ਇਸ ਪਤਾ ਲੱਗ ਜਾਓ ਵੀ ਸਾਰੇ ਇੱਕੋ ਤਰ੍ਹਾਂ ਸੋਚਦੇ ਆ ਨਾ। ਨਹੀਂ ਨਹੀਂ ਜੀ ਦੇਖੋ ਇਹਨਾਂ ਨੂੰ ਕਮੀਨੇ ਕਿਉਂ ਨਾ ਕਹੀਏ, ਉਹ ਕਹਿੰਦਾ ਨਾ ਵੀ ਸ਼ਬਦ ਕਿਉਂ ਵਰਤਦੇ ਆ ਤੁਸੀਂ, ਜਦੋਂ ਸਾਰੇ ਬੰਦੇ ਹੁਣੇ ਰੌਲਾ ਪਾਈ ਜਾਂਦੇ ਧੁੰਦੇ ਨੂੰ ਪੇਸ਼ੀ ਕਰਾਉਣ ਦੇ ਵਿੱਚ, ਉਹ ਨੀ ਜਾਣਾ ਚਾਹੁੰਦਾ ਸੀਗਾ ਇਹਨਾਂ ਨੇ ਕਰਾਈ ਹੈ, ਤੇ ਧੁੰਦਾ ਚੁੱਪ ਕਰਕੇ ਸੁਣੀ ਜਾਂਦਾ ਸਾਰੀਆਂ ਗੱਲਾਂ ਨੂੰ, ਉਹਨੂੰ ਕਮੀਨਾ ਨਾ ਕਹੀਏ ਤੇ ਕੀ ਕਹੀਏ, ਬਿਲਕੁਲ ਬਿਲਕੁਲ ਹੋਰ ਹਾਰ ਪਾਈਏ ਸਰੋਪਾ ਪਾਈਏ ਉਹਦੇ, ਜਿਹੜਾ ਬੰਦਾ ਆਪ ਮਸਾਂ ਮਿੰਟਾਂ ਕਰ ਕਰਕੇ ਜਾਣਾ ਚਾਹੁੰਦਾ ਸੀਗਾ ਤੇ ਚਾਹੁੰਦਾ ਸੀ ਮਾਹੌਲ ਤਿਆਰ ਹੋਵੇ ਮੇਰੇ ਜਾਣ ਵਾਸਤੇ, ਉਹ ਬੰਦਾ ਅੱਜ ਚੁੱਪ ਕਰਕੇ ਆਪਦੀ ਗੁਣਗੁਣਾ ਮੂੰਹ ਚ ਪਾ ਕੇ ਆਪਣਾ ਜਿਹੜਾ ਬਾਹਾਂ ਖੜੀਆਂ ਕਰਕੇ ਉਹ ਰੱਖੜੀ ਲੋਹੜੀ ਤੇ ਬੋਲੀ ਜਾਂਦਾ ਜਿਹੜਾ ਬੰਦਾ, ਉਹਨੂੰ ਕੀ ਕਹੀਏ ਉਹਨੂੰ, ਉਹਨੂੰ ਲੱਗਦਾ ਨੀਗਾ ਪਤਾ ਲਈ। ਹੁਣ ਜਿਹੜੀ ਉਹ ਗੱਲ ਕਹਿੰਦਾ ਸੀਗਾ ਵੀ ਧੁੰਦੇ ਨੂੰ ਤੁਸੀਂ ਪੇਸ਼ ਕਰਾਇਆ ਬਾਅਦ ਦੇ ਵਿੱਚ, ਧੁੰਦਾ ਗਰਕ ਗਿਆ ਬਾਅਦ ਦੇ ਵਿੱਚ, ਸਾਡਾ ਥੋੜੀ ਕਸੂਰ ਆ, ਸਾਡਾ ਥੋੜੀ ਕਸੂਰ ਆ ਉਹਦੇ ਵਿੱਚ, ਅਸੀਂ ਤਾਂ ਇਹੀ ਕਿਹਾ ਸੀ ਵੀ ਭਾਈ
ਤੂੰ ਏਦਾਂ ਗੱਜੀ ਜਿਹੜਾ ਸਟੇਜ ਤੇ ਜਾ ਕੇ ਬਾਅਦ ਦੇ ਵਿੱਚ ਇਹਨੂੰ ਕਿਹਾ ਕਰਾਂਗੇ ਹਰੇਕ ਮਹੀਨੇ ਚਲਾ ਜਾਇਆ ਕਰੀ ਉੱਥੇ ਚੁੱਪ ਕਰਕੇ ਆਪੇ ਪਹਿਲਾਂ ਹੀ ਜਾ ਵੜਿਆ ਕਰੀ ਵੀ ਆਹ ਦੇਖੋ ਜੀ ਭੁੱਲ ਚੁੱਕ ਦੀ ਸੀਮਾ ਤਾਂ ਆਪਾਂ ਅਰਦਾਸ ਚ ਮੰਗੀ ਦੀ ਉਦੋਂ ਮੈਨੂੰ ਚੇਤੇ ਗੱਲ ਹੋਈ ਸੀ ਉਹਦੇ ਨਾਲ ਵੀ ਅਰਦਾਸ ਚ ਮੰਗੀ ਦੀ ਭੁੱਲ ਚੁੱਕ ਦੀ ਸੀਮਾ ਮੈਂ ਅਰਦਾਸ ਚ ਮੰਗੀ ਦੀ ਡੇਲੀ ਦੀ ਮਹੀਨੇ ਦੀ ਮਹੀਨੇ ਆ ਕੇ ਮੈਂ ਤੁਹਾਡੇ ਕੋਲ ਇੱਥੇ ਮੰਗ ਜਾ ਕਰਨਾ ਇਹ ਬੋਲਦਾ ਤਾਂ ਹੋ ਹੀ ਜਾਂਦੀ ਕੋਈ ਨਾ ਗੱਲ ਗਲਤ ਉਹ ਜਿਹੜੀ ਚੀਜ਼ ਹੈਗੀ ਆ ਉੱਥੋਂ ਧੁੰਦਾ ਥਿੜਕਿਆ ਸੀ ਥੋੜੀ ਥਿੜਕਿਆ ਉਸ ਗੱਲ ਦੇ ਉੱਤੋਂ ਹੁਣ ਜੇ ਕੋਈ ਬੰਦਾ ਸਾਨੂੰ ਇਹ ਕਹੇ ਹੁਣ ਧੁੰਦਾ ਗਰਕ ਗਿਆ ਤੁਸੀਂ ਉਹਦੀ ਸਪੋਰਟ ਕਰਦੇ ਹੋ ਤੁਸੀਂ ਵੀ ਗਰਕੋ ਨਾਲ ਉਹਦੇ ਫਿਰ ਤਾਂ ਲਾਹਣਤੀ ਆ ਸਾਡੇ ਉੱਤੇ ਜਿਹੜੇ ਕਹਿਣ ਜਿਹੜਾ ਬੰਦਾ ਕਹਿ ਰਿਹਾ ਉਹਦੇ ਉੱਤੇ ਵੀ ਜਿੱਦਾਂ ਟਕਸਾਲੀ ਕਹੀ ਜਾਂਦੇ ਆ ਵੀ ਭਿੰਡਰਾਲੇ ਨੂੰ ਜ਼ਿਆਦਾ ਸਿਆਣਾ ਨੀ ਕੋਈ ਹੋ ਸਕਦਾ ਗਾ ਜਿੱਦਾਂ ਉਹ ਕਰ ਗਿਆ ਉਦਾਂ ਤੁਹਾਨੂੰ ਮੰਨਣਾ ਪਊ ਏਦਾਂ ਹੀ ਇਹ ਕਹੀ ਜਾਂਦੇ ਆ ਤਾਂ ਤੁਹਾਨੂੰ ਕਿੱਦਾਂ ਹੁਣ ਚਲੋ ਸਾਡੇ ਲਈ ਤਾਂ ਬਈ ਇੱਦਾਂ ਆ ਵੀ ਅਸੀਂ ਤਾਂ ਜੇ ਮੈਂ ਕਹਿੰਦਾ ਜੇ ਸਾਰਿਆਂ ਨੂੰ ਲੱਗੇ ਨਾ ਸੁਣਨ ਵਾਲਿਆਂ ਨੂੰ ਵੀ ਸਾਡੀ ਗਲਤੀ ਆ ਜਿੱਦਣ ਜਿੰਨੇ ਬੰਦੇ ਸੁਣਦੇ ਆ ਉਹਨਾਂ ਨੂੰ ਇਹ ਲੱਗਿਆ ਵੀ ਇਹਨਾਂ ਦੀ ਗਲਤੀ ਆ ਰੇਡੀਓ ਵਾਲਿਆਂ ਦੀ ਉਦਣ ਮੈਂ ਸਮਝੂਗਾ ਸਾਡਾ ਜੀਵਨ ਸਫਲ ਹੋ ਗਿਆ ਸਾਡਾ ਧਰਤੀ ਤੇ ਆਉਣਾ ਸਫਲ ਹੋ ਗਿਆ ਵੀ ਗੱਲ ਉਸ ਪੱਧਰ ਤੇ ਚੱਲ ਗਈ ਤਾਂ ਮਤਲਬ ਇੱਕ ਵੀ ਬੰਦੇ ਨੂੰ ਨਹੀਂ ਸਮਝ ਆ ਰਹੀ ਜਾਣੀ ਠੀਕ ਹੈ ਜੇ ਜੇ ਹੁਣ ਇਹ ਬੰਦੇ ਇੱਦਾਂ ਇੱਦਾਂ ਸਮਝ ਗਏ ਜਿੱਦਾਂ ਜਿਹੜਾ 18 ਪੇਜ ਜਿਹਨੂੰ ਆਪਣੀ ਗੱਲ ਕਹਿਣ ਲਈ 18 ਪੇਜ ਦਾ ਆਰਟੀਕਲ ਲਿਖਣਾ ਪੈ ਰਿਹਾ ਮੈਂ ਫੇਸਬੁੱਕ ਤੇ ਲਿਖਣ ਲੱਗਾ ਇੱਕ ਲਾਈਨ ਪੂਰੀ ਨੀ ਲਿਖਦਾ ਹੁੰਦਾ ਜਦੋਂ ਲਾਈਨ ਵੱਡੀ ਹੋਣ ਲੱਗਦੀ ਨਾ ਗੱਬੇ ਦੋ ਬਿੰਦੀਆਂ ਕਰਕੇ ਉਹਨੂੰ ਥੱਲੇ ਲੈ ਆਉਣਾ ਹੁੰਦਾ ਮੈਨੂੰ ਪਤਾ ਹੈ ਵੀ ਜਿਹੜਾ ਬੰਦੇ ਨੇ ਪੜ੍ਹਨਾ ਹੈ ਨਾ ਕਿਸੇ ਨੇ ਹੁਣ ਆਰਟੀਕਲ ਵਾਂਗ ਨੀ ਪੜ੍ਹਨਾ ਉਹਨੂੰ ਮੋਟਾ ਮੋਟਾ ਚੱਕਣਾ ਪਏ ਤਾਂ ਉਹਦੇ ਕੌਮਿਆਂ ਦੇ ਵਿਚਲਾ ਵਿਚਲਾ ਪੜ੍ਹ ਲਵੇ ਉਹ ਗੱਲ ਖਤਮ ਹੋ ਗਈ ਠੀਕ ਇਹ ਜਾਣੀ ਜਿਹੜਾ ਬੰਦਾ 18 ਪੇਜ ਦਾ ਆਰਟੀਕਲ ਲਿਖ ਰਿਹਾ ਕੀ ਸੋਚਦੇ ਹੋ ਤੁਸੀਂ ਬਲਜਿੰਦਰ ਸਿੰਘ ਦੋਹਾਂ ਲਾਈਨਾਂ ਦੇ ਬੰਦੇ ਸਾਡੇ ਨਾਲ ਧੰਨਵਾਦ ਤੇ ਆਪਾਂ ਕੱਲ ਨੂੰ ਮੈਂ ਕਹਿੰਦਾ ਇਹ ਤੇ ਵਿਚਾਰ ਕਰ ਲਵਾਂਗੇ ਆਪਾਂ ਲਾ ਲਈਏ ਅੱਧਾ ਪੌਣਾ ਘੰਟਾ ਠੀਕ ਹੈ ਤੇ ਹਾਂ 0108 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਵਾਕਈ ਸ਼ਬਦ ਹੈ ਨੀ ਮੇਰੇ ਕੋਲੇ ਮਤਲਬ ਮੈਂ ਬੋਲ ਨੀ ਸਕਦਾ ਮੈਂ ਬਹੁਤ ਛੋਟਾ ਨਾ ਤੋਂ ਪਰ ਕਿਹੋ ਜਿਹਾ ਬੰਦਾ ਲਿਆ ਤੁਸੀਂ ਅੱਜ ਉਹ ਗੱਲ ਦਾ ਜਵਾਬ ਤਾਂ ਉਹ ਆਪ ਹੀ ਦੇ ਗਿਆ ਨਾ ਉਹਦਾ ਸਵਾਲ ਸੀ ਵੀ ਤੁਸੀਂ ਸਪੋਰਟ ਕੀਤੀ ਪਹਿਲਾਂ ਮੁੜ ਕੇ ਤੁਸੀਂ ਸਪੋਰਟ ਨਹੀਂ ਕੀਤੀ ਤੇ ਪਤੰਦਰ ਤੂੰ ਜੋਗਿੰਦਰ ਸਪੋਰਟਸਮੈਨ ਦੀ ਸਪੋਰਟ ਕੀਤੀ ਮੁੜ ਕੇ ਤੂੰ ਆਪ ਦੱਸੀ ਜਾਂਦਾ ਵੀ ਮੈਂ ਇਹਦੇ ਕਰਕੇ ਇਹਦੀ ਸਪੋਰਟ ਨਹੀਂ ਕੀਤੀ ਉਹ ਯਾਰ ਉਹ ਤੇ ਸਵਾਲ ਤਾਂ 150 ਬਣਦੇ ਸੀ ਉਹ ਤਾਂ ਕਰ ਸਕਦੇ ਸੀ ਜੇ ਉਹ ਕਿਸੇ ਗੱਲ ਤੇ ਖੜਾ ਹੁੰਦਾ ਨਾ ਹਾਂ ਉਹੀ ਤਾਂ ਗੱਲ ਸੀ ਭਾਈ ਬਾਕੀ ਭਾਈ ਮੇਰਾ ਤਾਂ ਬੀਬੀ ਪੀਪੀ ਵੱਧ ਗਿਆ ਸੀ ਨਹੀਂ 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 ਇਦਾਂ ਪੇਸ਼ੈਂਸ ਜਿਹੜਾ ਹੈ ਨਾ ਰੱਖਣਾ ਬੜਾ ਕਿਉਂਕਿ ਇਹਨਾਂ ਇਹਨਾਂ ਸਵਾਲ ਦਈ ਜਾਂਦਾ ਤੇਰੇ ਹੀ ਸਵਾਲ ਦਾ ਜਵਾਬ ਤੂੰ ਆਪ ਹੀ ਦਈ ਜਾਂਦਾ ਤੁਹਾਡੇ ਵਰਗਾ ਬੂਝੜ ਬੰਦਾ ਨੀ ਮੈਂ ਦੇਖਿਆ ਉਹਨੂੰ ਪਤਾ ਮੋਰੇ ਕੀ ਕਹਿੰਦਾ ਕਹਿੰਦਾ ਉਹ ਤਾਂ ਠੀਕ ਆ ਪਰ ਕਹਿੰਦਾ ਦੇਖ ਕਹਿੰਦਾ ਉਹ ਸਾਨੂੰ ਉਲਝਾਉਣਾ ਚਾਹੁੰਦਾ ਕਹਿੰਦਾ ਮੈਂ ਉਹਨੂੰ ਉਲਝਾਈ ਰੱਖਿਆ ਉਹ ਬੰਦਾ ਕਹਿੰਦਾ ਉਹ ਕਹਿੰਦਾ ਯਾਰ ਕਹਿੰਦਾ ਮੈਨੂੰ ਗੁੱਸਾ ਆਇਆ ਵੀ ਜਿਹਨੂੰ ਬੁੱਝਣ ਕਹਿ ਦਾ ਗੁੱਸਾ ਨਹੀਂ ਆਇਆ ਉਹਨਾਂ ਗੱਲ ਕੀ ਕਰਨੀ ਥੈਂਕ ਯੂ 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਫਤਿਹ ਜੀ ਮਲੇਸ਼ੀਆ ਤੋਂ ਕੁਲਦੀਪ ਸਿੰਘ ਬੋਲਦਾ ਜੀ ਹਾਂਜੀ ਸੁਣਾਓ ਜੀ ਕੀ ਹਾਲ ਸਾਲ ਕੁ ਹੋ ਗਿਆ ਤੁਹਾਨੂੰ ਸੁਣਦਿਆਂ ਨੂੰ ਤੇ ਸੈਕਿੰਡ ਟਾਈਮ ਕਾਲ ਕੀਤੀ ਹੈ ਤੁਹਾਨੂੰ ਬਸ ਉਦੋਂ ਤੋਂ ਸੁਣਦੇ ਹੀ ਰਹੇ ਹਾਂ ਤੇ ਮੈਂ ਸਿਰਫ ਇੰਨੀ ਗੱਲ ਕਹਿਣੀ ਸੀ ਵੀ ਇਹ ਜਿਹੜਾ ਕਿਰਪਾਲ ਸਿੰਘ ਬਠਿੰਡੇ ਦੀ ਗੱਲਬਾਤ ਚੱਲਣ ਡਈ ਮੈਂ ਸੁਣਦਾ ਪਿਆ ਆਨਲਾਈਨ ਇਹਨੂੰ ਵਿਚਾਰੇ ਨੂੰ ਆਪਣੇ ਘਰ ਉੱਜੜਨ ਦਾ ਫਿਕਰ ਲੱਗਿਆ ਭਾਜੀ ਇਹਨੂੰ ਕਿਸੇ ਗੱਲ ਨਾਲ ਨੀ ਸੀ ਉਹ ਜਿਵੇਂ ਕਿਹਾ ਨਾ ਰਣਜੀਤ ਸਿੰਘ ਨੇ ਕਿਹਾ ਵੀ ਮੈਂ ਆਪਣਾ ਉਜਾੜ ਦੇਣਾ ਵਾ ਹੈਨੀ ਤੇ ਇਹਨੂੰ ਫਿਕਰ ਇਸੇ ਗੱਲ ਦਾ ਲੱਗਿਆ ਵੀ ਇਹ ਤਾਂ ਗੱਲ ਗਲਤ ਹੋ ਗਈ ਇਹਨੂੰ ਨਾ ਕਿਸੇ ਨਾਲ ਉਹ ਮਤਲਬ ਸੀ ਹਾਂ ਵੀ ਮੈਂ ਤੁਹਾਡੀਆਂ ਗੱਲਾਂ ਵੱਲ ਤਾਂ ਵਿਚਾਰੇ ਦਾ ਧਿਆਨ ਹੀ ਨੀ ਗਾ ਨਾ ਤੁਹਾਡੀ ਗੱਲ ਸਮਝਣਾ ਬਾਕੀ ਤੁਹਾਡੇ ਲੈਵਲ ਤੇ ਜਿਹੜੇ ਲੈਵਲ ਤੇ ਹੁਣ ਤੁਸੀਂ ਪਹੁੰਚੇ ਆ ਨਾ ਤੁਹਾਡਾ ਰੇਡੀਓ ਇਸ ਟਾਈਮ ਤੇ ਚੱਲ ਰਿਹਾ ਭਾਜੀ ਉਸ ਲੈਵਲ ਤੇ ਬੰਦੇ ਸੋਚ ਨੀ ਸਕਦੇ ਇਹਨਾਂ ਦੀ ਸੋਚ ਉੱਥੋਂ ਤੱਕ ਜਾ ਨੀ ਸਕਦੀ ਜੀ ਉਹ ਚੀਜ਼ ਜਿਹੜੀ ਨਾ ਜਿੱਥੇ ਢੱਡਰੀਆਂ ਵਾਲਿਆਂ ਨੇ ਹੁਣ ਸਟੈਂਡਰਡ ਇਹਨਾਂ ਨੂੰ ਪ੍ਰੋਬਲਮ ਇਸ ਗੱਲ ਦੀ ਆ ਗਈ ਆ ਬਾਹਰ ਉੱਚੀ ਹੋ ਗਈ ਹਾਂ ਉਹਨੀ ਸਟੈਂਡਰਡ ਉਹ ਇੱਕ ਵਾਰੀ ਉਹਨੇ ਗੱਲ ਕਹੀ ਸੀ ਕਹਿੰਦੇ ਭਈ ਜਦੋਂ ਨਾ ਗੁਰੂ ਦਾ ਗਿਆਨ ਹੁੰਦਾ ਇੱਦਾਂ ਹੁੰਦੀ ਆ ਵੀ ਝੱਗੇ ਵੱਡੇ ਬਣ ਜਾਂਦੇ ਆ ਫਿਰ ਕੱਦ ਉੱਚਾ ਕਰਨਾ ਪੈਂਦਾ ਉਹਨੀ ਉਹ ਉਹਨੀ ਝੱਗੇ ਨਾਲ ਹੀ ਐਡੇ ਵੱਡੇ ਟੰਗ ਦਿੱਤੇ ਨਾ ਇੱਦਾਂ ਵੀ ਚੱਕੋ ਪਾ ਲਓ ਜਿੰਜਨ ਪਾਉਣਾ ਹਨਾ ਵੀ ਜਦੋਂ ਫੋਟੋ ਕਰਾਉਣੀ ਹੁੰਦੀ ਕਈ ਵਾਰੀ ਬੰਦਾ ਇੱਦਾਂ ਲੈਣ ਲੱਗੀ ਉਹ ਕਹਿੰਦਾ ਵੀ ਪਿੱਛੇ ਖੜ ਜਾ ਉਹ ਜਿਹੜਾ ਪਿਛਲਾ ਉਹਨੂੰ ਦੀਦਾ ਉਹਨੂੰ ਪਤਾ ਵੀ ਮੇਰਾ ਹੁਣ ਸਿਰ ਨਹੀਂ ਆਉਣਾ ਅੱਡੀਆਂ ਚੱਕਦਾ ਉੱਤੇ ਨੂੰ ਹੁਣ ਇਹ ਪਿਛਲੀ ਲਾਈਨ ਚ ਖੜੇ ਆ ਹੁਣ ਜੇ ਫੋਟੋ ਦਵਾਉਣੀ ਆ ਤਾਂ ਅੱਡੀਆਂ ਚੱਕ ਲੈਣ
ਨਹੀਂ ਤਾਂ ਪਤਾ ਵੀ ਨਹੀਂ ਲੱਗਣਾ ਵੀ ਕਰੇ ਆ ਰਹੇ ਗੱਲ ਤਾਂ ਉਹੀ ਆ ਜਿਹੜੇ ਹੁਣ ਲੇਬਲ ਤੇ ਰਣਜੀਤ ਸਿੰਘ ਮੈਂ ਵੀ ਇਸੇ ਫੀਲਡ ਚ ਕੰਮ ਕਰਦਾ ਜੀ ਮੈਂ ਆਪਣਾ ਗੁਰਦੁਆਰਾ ਸਾਹਿਬ ਵੀ ਡਿਊਟੀ ਕਰਦਾ ਪਰ ਹੁਣ ਜਿਹੜੇ ਜਿਹੜੇ ਇਹਨਾਂ ਨੂੰ ਸੁਣਦੇ ਆ ਤੁਹਾਨੂੰ ਸੁਣਦੇ ਆ ਹੁਣ ਸਾਨੂੰ ਆਪਣੀ ਡਿਊਟੀ ਕਰਦਿਆਂ ਨੂੰ ਸ਼ਰਮ ਆਉਂਦੀ ਵੀ ਯਾਰ ਕਿਹੜੇ ਕੰਮ ਚ ਲੱਗੇ ਹੋਏ ਆ ਅਸੀਂ ਹੈ ਜੀ ਤੇ ਅਸੀਂ ਅਸੀਂ ਗੱਲ ਗੁਰੂ ਦੀ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਪਰ ਲੋਕ ਚਲੋ ਸੁਣਦੇ ਵੀ ਨੇ ਕਲਾਸ ਵੀ ਕਰੀਦੇ ਸਾਰਾ ਕੁਛ ਪਰ ਗੱਲ ਇਹਨੂੰ ਕਿਰਪਾ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਉਹ ਇਹਨਾਂ ਫਿਕਰਾਂ ਦੇ ਵਿੱਚ ਪੈ ਜਾਂਦੇ ਯਾਰ ਗੁਰੂ ਗੋਬਿੰਦ ਸਿੰਘ ਤਾਂ ਆਪਦਾ ਘਰ ਜਾਣ ਲੱਗਾ ਤੇ ਸਾਡਾ ਕੀ ਬਣੂਗਾ ਹੈਜੀ ਇਹਨਾਂ ਵਿਚਾਰਿਆਂ ਨੂੰ ਫਿਕਰ ਇਹ ਪੈ ਗਿਆ ਵੀ ਹੁਣ ਤਾਂ ਗੱਲ ਆ ਵੀ ਮੇਰੇ ਤਾਂ ਪੋਤੇ ਪਾਤੇ ਹੋਏ ਵੇ ਨੇ ਤੇ ਉਹ ਮੁੜ ਕੇ ਕੱਲ ਨੂੰ ਜੇ ਘਰ ਘੁਰ ਛੱਡਣਾ ਪੈ ਗਿਆ ਤਾਂ ਕੰਮ ਗੜਬੜ ਬੜੀ ਹੋ ਜਾਣੀ ਹੈ ਹੈਜੀ ਤੇ ਇਹ ਵਿਚਾਰੇ ਉੱਥੇ ਸੋਚ ਇਹਨਾਂ ਦੀ ਉੱਥੇ ਖਲੋਤੀ ਹੈ ਵਿਦਵਾਨ ਵਿਦਵਤਾ ਦਾ ਤਾਂ ਉਦੋਂ ਹੀ ਪਤਾ ਲੱਗਾ ਤੁਸੀਂ ਘੱਟ ਤੋਂ ਘੱਟ 3 ਤੋਂ 4 ਵਾਰੀ ਉਹਨੂੰ ਵਧੀਆ ਤਰੀਕੇ ਨਾਲ ਫਸਟ ਕਲਾਸ ਤਰੀਕੇ ਨਾਲ ਮੈਂ ਨਾ ਵੀ ਅਨਪੜ੍ਹ ਤੋਂ ਅਨਪੜ੍ਹ ਬੰਦਾ ਬਿਲਕੁਲ ਨੋਰਮਲ ਬੰਦਾ ਵੀ ਉਸ ਸਵਾਲ ਦੇ ਆਂਸਰ ਨੂੰ ਸਮਝ ਸਕਦਾ ਜਿਹੜਾ ਇਹ ਬੰਦਾ ਵਾਰ ਵਾਰ ਉਹੀ ਰਿਪੀਟ ਕਰੀ ਜਾਂਦਾ ਯਾਰ ਮੈਨੂੰ ਜਵਾਬ ਦਿਓ ਜੀ ਮੈਨੂੰ ਜਵਾਬ ਦਿਓ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜੇ ਤਰੀਕੇ ਨਾਲ ਜਵਾਬ ਮੰਗਦਾ ਸੀ ਇਹ ਨਹੀਂ ਉਹਨੇ ਕਹਿ ਦਿੱਤਾ ਨਾ ਉਧਰ ਵੀਰ ਨੂੰ ਵੀ ਮੈਂ ਤਾਂ ਅਲਝਾਉਣਾ ਸੀ ਉਹਨੂੰ ਮੈਂ ਤਾਂ ਅਲਝਾਈ ਰੱਖਿਆ ਇਹ ਇੱਕ ਤੁਸੀਂ ਦੇਖ ਲਿਓ ਜੀ ਫੇਸਬੁੱਕ ਤੇ ਆ ਜਾਣੀ ਕੱਲ ਨੂੰ ਮੈਨੂੰ ਤਾਂ ਲੱਗਦਾ ਹੋਰ ਘੰਟੇ ਤਾਈ ਗੋਲਡੀ ਬਲਰਾਜ ਹੋਣੀ ਐਤਵਾਰ ਨੂੰ ਆਪਾਂ ਬਲਰਾਜ ਨਾਲ ਵੀ ਗੱਲ ਕਰਨੀ ਆ ਉਹ ਵੀ ਇੱਕ ਗੋਲਡਨ ਜੁਬਲੀ ਹੋਣਾ ਆ ਜਾਣੀ ਉਹ ਐਪੀਸੋਡ ਮੈਂ ਤਾਂ ਆਉਣਾ ਹੀ ਨਹੀਂ ਜੀ ਕਿਉਂਕਿ ਪੜਦਾ ਹੁੰਦਾ ਜੀ ਫੇਸਬੁੱਕ ਤੇ ਵੀ ਕਾਫੀ ਸਟੇਟਸ ਇਹਨਾਂ ਦੇ ਪੜਦੇ ਆ ਵੀ ਮਤਲਬ ਬੂਝੜ ਬੰਦਿਆਂ ਵਾਲੇ ਕੰਮ ਜਿਵੇਂ ਉਹਨੇ ਕਹਿਣਾ ਤੁਸੀਂ ਬੂਝੜ ਬੰਦੇ ਹੋ ਉਹੀ ਗੱਲ ਇਹਨਾਂ ਦੀ ਬੂਝੜ ਤੱਕ ਹੀ ਸੀਮਤ ਹੈ ਇਹ ਨਹੀਂ ਨਹੀਂ ਇਹਨਾਂ ਨੂੰ ਤਾਂ ਨਾ ਮੈਂ ਵੀਰਾ ਜਿਹੜੇ ਜਾਗਰੂਕ ਇਹਨਾਂ ਨੂੰ ਤਾਂ ਮੈਂ ਇੰਨਾ ਜਾਣਦਾ ਨਹੀਂ ਕੱਲੇ ਕੱਲੇ ਨੂੰ ਇੰਨਾ ਇੰਨਾ ਮਨੋਰੰਜਨ ਕਰਦੇ ਆ ਇਹ ਬੰਦੇ ਇਹਨਾਂ ਨੂੰ ਤਾਂ ਇਹਨਾਂ ਨੂੰ ਉਲਝਾਉਣ ਲਈ ਜਾਣੀ ਤਾਂ ਘੁਲਝਾਉਣ ਲਈ ਜੋ ਮਰਜ਼ੀ ਉਹ ਬੰਦੇ ਨੂੰ ਸਮਝ ਨਹੀਂ ਆਈ ਮੈਂ ਪੰਥਪ੍ਰੀਤ ਸਿੰਘ ਨੂੰ 3-4 ਗੱਲਾਂ ਕਹੀਆਂ ਤਾਂ ਮੁੰਡਿਆਂ ਨੇ ਇੱਥੇ ਹਸਾ ਤਾ ਮੈਨੂੰ ਜੇ ਨਾ ਹਸਾਉਂਦੇ ਮੈਂ ਉਹਦੀ ਰੇਲ ਬਣਾਉਣੀ ਸੀ ਜਾਣੀ ਤਾਂ ਐਕਚੁਅਲੀ ਭਾਜੀ ਮੈਂ ਵੀ ਕੋਸ਼ਿਸ਼ ਕਰ ਰਿਹਾ ਵਾਂ ਸ਼ਾਇਦ ਮੈਂ ਨਾ ਸਾਬਾ ਸਟੇਟ ਦੇ ਵਿੱਚ ਰਹਿਣਾ ਪਰ ਅਗਲੇ ਮਹੀਨੇ ਨਾ ਧੁੰਦਾ ਸਾਹਿਬ ਤੇ ਪ੍ਰਿੰਸੀਪਲ ਪੁੰਨਵਾ ਤੇ ਦੱਦੇਹਰ ਇਹ ਤਿੰਨੇ ਜਣੇ ਆ ਰਹੇ ਆ ਮਲੇਸ਼ੀਆ 15 ਤਰੀਕ ਨੂੰ ਹਾਂਜੀ ਤੇ ਇਹਨਾਂ ਇਹਨਾਂ ਦੇ ਹੈਗਾ ਹਫ਼ਤੇ ਕੁ ਦਾ ਪ੍ਰੋਗਰਾਮ ਤੇ ਮੈਂ ਕੋਸ਼ਿਸ਼ ਕਰਨੀ ਮੈਂ ਧੁੰਦਾ ਸਾਹਿਬ ਨੂੰ ਤੇ ਮਿਲਣਾ ਜਾ ਕੇ ਜ਼ਰੂਰ ਕੋਸ਼ਿਸ਼ ਕਰਕੇ ਜੇ ਮੇਰਾ ਲੱਗਿਆ ਟਾਈਮ ਤੇ ਉਹਨਾਂ ਨਾਲ ਮੈਂ ਆਪਦੇ ਬਿਹੇਵ ਤੇ ਗੱਲਬਾਤ ਕਰਨੀ ਹੈ ਥੋੜੀ ਜਿਹੀ ਜੇ ਉਹਨਾਂ ਨੂੰ ਫਿਰ ਆਪਾਂ ਮੈਂ ਦੁਬਾਰੇ ਫਿਰ ਤੁਹਾਡੇ ਨਾਲ ਟੱਚ ਰਹੂੰਗਾ ਕਿ ਐਤਵਾਰ ਨਹੀਂ ਮੈਂ ਤੁਹਾਡੇ ਨਾਲ ਆਨਲਾਈਨ ਨਹੀਂ ਮੈਂ ਸੁਣ ਸਕਦਾ ਹੁੰਦਾ ਐਤਵਾਰ ਮੈਂ ਬਿਜ਼ੀ ਹੁੰਦਾ ਵਾਂ ਤੇ ਬੁੱਧਵਾਰ ਵਾਲਾ ਜ਼ਰੂਰ ਕੋਸ਼ਿਸ਼ ਕਰਦਾ ਵੀ ਆਨਲਾਈਨ ਸੁਣਾ ਮੈਂ ਤੁਹਾਡਾ ਪ੍ਰੋਗਰਾਮ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬਾਕੀ ਠੀਕ ਹੈ ਜੀ ਕੈਰੀ ਓਨ ਬਹੁਤ ਵਧੀਆ ਮਤਲਬ ਇਹ ਜਿਹੜੇ ਲੋਕ ਇਹਨਾਂ ਦਾ ਲੇਬਲ ਇੰਡੀਆ ਦੇ ਵਿੱਚ ਇਹ ਕਹਿੰਦਾ ਨਾ ਵੀ ਮਤਲਬ ਲੋਕ ਹਾਲੇ ਵੀ ਨਹੀਂ ਜੀ ਹੁਣ ਜਿੰਨੇ ਫੋਨ ਅਸੀਂ ਸੁਣਦੇ ਆ ਤੁਸੀਂ ਕਿੰਨੇ ਫੋਨ ਆ ਰਹੇ ਆ ਇਹ ਤਾਂ 50-50 ਤੇ ਪਹੁੰਚ ਗਿਆ ਨੌਜਵਾਨ ਤਬਕਾ ਤਾਂ ਰਣਜੀਤ ਸਿੰਘ ਦੇ ਅੱਗੇ ਤੁਸੀਂ ਵੇਖੋ ਦੀਵਾਨਾਂ ਦੇ ਤਕਰੀਬਨ ਨੌਜਵਾਨ ਤਬਕਾ ਬੈਠਾ ਸਾਰਾ ਜੀ ਹਾਂਜੀ ਤੇ ਤਾਂ ਹਨੇਰੀ ਆ ਰਹੀ ਆ ਹੁਣ ਇਹ ਵਿਚਾਰਿਆਂ ਨੂੰ ਇਹਨਾਂ ਨੂੰ ਉਹੀ ਆਪਣੇ ਘਰਾਂ ਦਾ ਫਿਕਰ ਪੈ ਗਿਆ ਵੀ ਗੱਲਬਾਤ ਦੁਕਾਨਦਾਰੀਆਂ ਦਾ ਫਿਕਰ ਪੈ ਗਿਆ ਵੀ ਇਹ ਪੱਟੀਆਂ ਜਾਣੀਆਂ ਗੜਬੜ ਹੋ ਜਾਣੀ ਹੈ ਤੇ ਇਹ ਭਾਵੇਂ ਜਾਗਰੂਕ ਨੇ ਭਾਵੇਂ ਇਹ ਆਪਦੇ ਟਕਸਾਲੀ ਨੇ ਜੋ ਮਰਜ਼ੀ ਇਹਨਾਂ ਨੇ ਜਿਹੜਾ ਸਿੱਖ ਕੌਮ ਨੂੰ ਬੇਵਕੂਫ ਬਣਾਇਆ ਸਾਰੀਆਂ ਬੇਵਕੂਫੀਆਂ ਖਤਮ ਹੋਣੀਆਂ ਨੇ ਤੇ ਲੋਕਾਂ ਨੇ ਜਾਗ ਜਾਣਾ ਜੀ ਹਾਂਜੀ ਥੈਂਕ ਯੂ ਵੀਰੇ ਸਾਨੂੰ ਸੁਣ ਰਹੀ ਹੈ ਜੀ ਬਿਲਕੁਲ ਸਾਨੂੰ ਤਾਂ ਸੁਣ ਰਹੀ ਤੁਸੀਂ ਗੱਲ ਕਰੋ ਆਪਣੀ ਚਾਟੀ ਦੇ ਨਾਲ ਲੱਤਾਂ ਲਾ ਕੇ ਮੈਂ ਕਹਿੰਦਾ ਵੀਰਾ ਮੈਂ ਕਹਿੰਦਾ ਵੀਰ ਬੈਠੇ ਉਹਨਾਂ ਨੂੰ ਪੁੱਛ ਲਈਏ ਬਾਹਾਂ ਦੀ ਡੋਲੇ ਡੋਲੇ ਬਣ ਕੇ ਹੋਰ ਮਧਾੜੀਏ ਨਾ ਨਾ ਕਦੇ ਕਦੇ ਦੇਖ ਲਿਓ ਚਾਟੀ ਦੇ ਨਾਲ ਲਾ ਕੇ ਨਾ ਲੱਤਾਂ ਢੋ ਪਿੱਛੇ ਨੂੰ ਲਾ ਕੇ ਤੇ ਖਿੱਚ ਕੇ ਜਾਣੀ ਘੰਟਾ ਫੇਰ ਕੇ ਦੇਖਿਓ ਤੁਸੀਂ ਨਜ਼ਾਰਾ ਆ ਜਾਓ ਜਿਹੜੇ ਬੰਦੇ ਕਹਿੰਦੇ ਪਾਣੀ ਚ ਮਧਾਣੀ ਪਾਉਣ ਦਾ ਕੋਈ ਫਾਇਦਾ ਨੀ ਮੇਰੇ ਨਾਲ ਗੱਲ ਕਰਾਇਓ ਤੁਹਾਡਾ ਨਹੀਂ ਹਾਸਾ ਹੁਣ ਹਾਸਾ ਹੁਣ
ਵਜਣੀ ਤੇ ਮਧਾਣੀ ਆ, ਹੋਰ ਤਾਂ ਕੁਛ ਨਿਕਲਣਾ ਨੀ ਹੁਣ. ਇੱਕ ਘੰਟਾ ਜਿਹੜਾ ਬੰਦੇ ਨੂੰ ਦੋ ਸਵਾਲਾਂ ਦੇ ਜਵਾਬ, ਈਵਨ ਮੈਂ ਪਹਿਲੀ ਵਾਰ ਤੁਹਾਡੇ ਤੋਂ ਸੁਣਿਆ ਵੀ ਤੁਸੀਂ ਇੰਨੇ ਠੰਡੇ ਹੋ ਕੇ ਵੀ ਮੈਂ ਹੋ ਸਕਦਾ ਗੱਲ ਕਰਨ ਤੋਂ ਪਹਿਲੇ ਲੱਸੀ ਲੁੱਸੀ ਪੀਤੀ ਹੋਵੇ ਤੇ ਨਾਲ ਦੱਸਦੇ ਸੀ ਪਾਣੀ ਦਾ ਗਲਾਸ ਸੀਗਾ ਤੁਹਾਡੇ ਕੋਲ ਬਈ. ਉਹਦੇ ਮੂੰਹ ਚ ਤੁਸੀਂ ਦੋ ਵਾਰੀ ਸੋਰੀ ਦਾ ਵਰਡ ਪਾਇਆ ਕਿ ਭਰਾਵਾ ਮੈਂ ਮਾਫ਼ੀ ਮੰਗਦਾ, ਮੇਰਾ ਜਵਾਬ ਸੁਣਦਾ ਬਈ, ਮੈਂ ਮਾਫ਼ੀ ਮੰਗਦਾ. ਚੱਲ ਮੇਰੀ ਤਾਂ ਸੁਣ ਲੈ ਹੁਣ ਘੱਟੋ ਘੱਟ. ਉਹ ਬੰਦਾ ਫਿਰ ਸੁਣਨ ਨੂੰ ਰਾਜ਼ੀ ਨਹੀਂ, ਤੁਸੀਂ ਉਸ ਗੱਲ ਦਾ ਜਵਾਬ. ਇਹ ਤੇ ਐਵੇਂ ਲੱਗਦਾ ਸੀਗਾ ਜਿਵੇਂ ਕੋਈ ਕਾਲ ਸੈਂਟਰ ਤੋਂ ਕੋਈ ਪੇਡ ਕਾਲ ਦੇ ਉੱਤੇ ਕਾਲ ਨੀ ਕਰਦੇ ਵੀ ਜਿੰਨੇ ਟਾਈਮ ਤੁਸੀਂ ਗੱਲ ਕਰੋਗੇ ਉਨੇ ਪੈਸੇ ਮਿਲਣਗੇ ਉਹਨਾਂ ਨੂੰ. ਇਹ ਤੇ ਇੱਕ ਘੰਟਾ ਉਹਨੇ ਉਹਦੇ ਜੀ ਚ ਆ ਸੀਗਾ ਵੀ ਹਰਨੇਕ ਸਿੰਘ ਦੇ ਜੇਬ ਚ ਇੱਕ ਘੰਟੇ ਤੇ ਕਹਿੰਦੇ $50 ਨਿਕਲ ਜਾਣ ਤੇ ਮੇਰੀ ਜੇਬ ਚ ਆ ਜਾਣਗੇ. ਹਾਂ ਇੰਨੀਆਂ ਯਬਲੀਆਂ ਉਹ ਵੀ ਰੇਡੀਓ ਦੇ ਉੱਤੇ ਵੀ ਸੋਚ ਤੇ ਲਓ ਕਿ ਤੁਹਾਨੂੰ ਦੁਨੀਆਂ ਸੁਣਦੀ ਪਈ ਆ, ਲੋਕੀ ਸੁਣਦੇ ਆ. ਮੈਂ ਸਵਾਲ ਕਰਨ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਭਈ ਹੁਣ ਜਵਾਬ ਦੇਣ ਲੱਗੇ ਤੁਸੀਂ ਸਾਬਤ ਕਰ ਦਿਓ ਵੀ ਤੁਸੀਂ ਵਿਦਵਾਨ ਆ. 18 ਪੇਜ ਦਾ ਆਰਟੀਕਲ ਲਿਖਿਆ ਤੁਸੀਂ, ਹਾਂਜੀ ਹਨਾ, ਸਰੋਤਿਆਂ ਨੇ ਸੁਣਨਾ ਆ. ਹਾਂਜੀ ਹਾਂਜੀ, ਹੁਣ ਜਵਾਬ ਹੋਏਗਾ ਭਾਜੀ ਤਾਂ ਤੇ ਦੇਣਗੇ ਨਾ. ਨਹੀਂ ਨਹੀਂ, ਬੰਦਾ ਉਹ ਦਿੰਦਾ ਜਿਹੜਾ ਪਹਿਲੇ ਤਿਆਰੀ ਕਰਕੇ ਆਇਆ ਹੁੰਦਾ. ਉਹ ਤੁਹਾਨੂੰ ਕਹਿ ਰਿਹਾ ਕਿ ਮੈਂ ਤੁਹਾਡੇ ਤੋਂ ਸਵਾਲ ਪੁੱਛਿਆ, ਤੁਸੀਂ ਤਿਆਰੀ ਕਰਕੇ ਆਉਂਦੇ ਵੀ ਇਹਨੇ ਦੋ ਸਵਾਲ ਪੁੱਛੇ ਆ. ਉਹ ਭਰਾਵਾ ਤੂੰ ਤੇ ਤਿਆਰੀ ਕਰਕੇ ਆ ਕਿ ਤੂੰ ਸਵਾਲ ਸੁਣਨੇ ਆ ਉਹਦੇ ਜਵਾਬ ਸੁਣਨੇ ਆ ਉਹਦੇ. ਉਹਦਾ ਨਹੀਂ ਸੀ ਉਹਦੇ ਨਾਲ ਬੰਦਾ ਸੁਣਨ ਦੀ ਨਹੀਂ, ਜਿਹੜਾ ਸੁਣਨ ਦੀ ਤਿਆਰੀ ਨਹੀਂ ਕਰਕੇ ਆਇਆ ਉਹ ਪੁੱਛਣ ਦੀ ਤਿਆਰੀ ਕਿਵੇਂ ਕਰ ਸਕਦਾ? ਨਹੀਂ ਉਹ ਤਾਂ ਜੀ ਉਹਨਾਂ ਦਾ ਜਿਹੜਾ ਮੇਰਾ ਤਜਰਬਾ ਆ ਇਹਨਾਂ ਗੱਲਾਂ ਦੇ ਨਾਲ. ਦੂਜੇ ਪਾਸੇ ਕਹਿੰਦੇ ਸੀਗੇ ਕਿ ਤੁਸੀਂ ਉਹਨਾਂ ਦੀ ਪਹਿਲੇ ਸਪੋਰਟ ਕਰਦੇ ਸੀ, ਹੁਣ ਤੁਸੀਂ ਸਪੋਰਟ ਕਿਉਂ ਨੀ ਕਰਦੇ? ਉਹ ਕਰਦੇ ਸੀ ਹੁਣ ਕਿਉਂ ਨੀ ਕਰਦੇ? ਉਹ ਭਰਾਵਾ ਉਦੋਂ ਉਹਨਾਂ ਦਾ ਜ਼ਮੀਰ ਨਹੀਂ ਜਾਗਿਆ ਸੀਗਾ. ਜ਼ਮੀਰ ਜਾਗੇ ਹੋਏ ਬੰਦੇ ਦੀ ਸਪੋਰਟ ਕਰਦੇ, ਅਸੀਂ ਕਿਹੜਾ ਬੰਦੇ ਦੀ ਸਪੋਰਟ ਕਰਦੇ ਆ? ਨਹੀਂ ਚਲੋ ਮੈਂ ਗੱਲ ਕਰਦੇ ਆ ਤਾਂ ਸਪੋਰਟ ਕਰਦੇ ਆ. ਬਿਲਕੁਲ, ਮੈਂ ਗੱਲ ਹੋਰ, ਚਲੋ ਇੱਕ ਹੋਰ ਸਟੇਟਮੈਂਟ ਦੇ ਦਿੰਦਾ ਮੈਂ ਸਰੋਤਿਆਂ ਨੂੰ ਜੀ. ਮੈਨੂੰ ਪਹਿਲਾਂ ਅਕਲ ਨਹੀਂ ਸੀ, ਮੈਨੂੰ ਸਮਝ ਹੁਣ ਆਈ ਆ. ਬਸ ਆ ਲਓ ਜੀ, ਇਹ ਤੋਂ ਵੱਧ ਤਾਂ ਕੁਛ ਨੀ ਨਾ. ਹੁਣ ਸੁਣੋ, ਲਾਦਾ ਮੰਨ ਜਾਣਗੇ? ਉਹਨਾਂ ਦੇ ਦੋਵੇਂ ਸਵਾਲਾਂ ਦੇ ਜਵਾਬ ਨਿਕਲ ਗਏ ਇੱਕੋ ਗੱਲ. ਮੈਨੂੰ ਪਹਿਲੇ ਅਕਲ ਨਹੀਂ ਸੀ, ਮੈਨੂੰ ਅਕਲ ਹੁਣ ਆਈ, ਮੈਨੂੰ ਸਮਝ ਹੁਣ ਆਈ ਆ ਵੀ ਇਹਨਾਂ ਨਾਲ ਸਿੱਝਣਾ ਕਿੱਦਾਂ ਆ, ਇਹਨਾਂ ਦੇ ਭਾਸ਼ਾ ਕਿਹੜੀ. ਅਸੀਂ ਤਾਂ ਐਵੇਂ ਕੱਪੜੇ ਧੋਂਦੇ ਰਹੇ ਯਾਰ ਇਹਨਾਂ ਦੇ. ਉਹ ਦੂਜੇ ਪਾਸੇ ਮੈਂ ਦੂਜੀ ਗੱਲ ਕਰਨੀ ਸੀ, ਜਿਹੜੇ ਪੰਚਪ੍ਰੀਤ ਸਿੰਘ ਜੀ ਨੇ ਕਿਹਾ ਕਿ ਢੱਡੀਆਂ ਦੇ ਬਾਰੇ ਕਿ ਵੀ ਉਹ ਘਰ ਜਾਣ ਪਰਿਵਾਰ ਦੇ ਵਿੱਚ, ਫਿਰ ਅਸੀਂ ਉਹਨਾਂ ਨੂੰ ਭੰਬਰਾ ਕਵਾਂਗੇ. ਤੇ ਬੜਗਾਰੀ ਕਾਂਡ ਦੇ ਵਿੱਚ ਜਦੋਂ ਕੋਲੇ ਖੂਨ ਦੇ ਭਰ ਭਰ ਕੇ ਫੋਟੋਆਂ ਖਿਚਾਈਆਂ ਸੀ, ਵੀਡੀਓ ਬਣਾਈ ਸੀਗੀ, ਉੱਥੇ ਤਾਂ ਬੜਾ ਹਾਂ ਮਾਰੀ ਸੀਗੀ ਉਹਨਾਂ ਨੇ ਵੀ ਇਹ ਸਾਡੇ ਭਰਾ ਨੇ, ਹੈ ਇਹ ਹੁਣ ਆਪਣੇ ਸੰਤ ਨੀ ਲੋਹਾਂ ਦੇ ਆਪਣੇ ਨਾਂ ਦੇ ਅੱਗੇ ਇਹ ਭਰਾ ਨੇ, ਇਹ ਭਾਈ ਨੇ ਸਾਡੇ. ਉਹ ਵੀਡੀਓ ਅੱਜ ਤੱਕ ਵੀਡੀਓ ਹੈਗੀ ਹੈ ਯੂਟਿਊਬ ਤੇ. ਉਹਦਾ ਜਵਾਬ ਕੌਣ ਦਊਗਾ? ਉਹ ਦੇਣਗੇ ਕਿ ਉਹਨਾਂ ਦੀ ਆਉਣ ਵਾਲੀਆਂ ਸੱਤ ਪੁਸ਼ਤਾਂ ਦੇਣਗੀਆਂ? ਕਿਸੇ ਨੇ ਨਹੀਂ ਦੇਣਾ. ਯਾ ਤੇ ਫਿਰ ਉਦੋਂ ਜਿਹੜਾ ਗੋਲਾ ਭਰਵਾਇਆ ਸੀਗਾ ਲਹੂ ਦਾ, ਜਿਹੜਾ ਭਰਵਾਇਆ ਸੀ ਭਾਈਚਾਰਾ ਖਤਮ ਹੋ ਗਿਆ ਸਾਡਾ. ਆਪੋ ਆਪਣਾ ਸਰਿੰਜਨ ਪਵਾ ਲੈਣ ਮੁੜ ਕੇ. ਭਾਈ ਪੰਚਪ੍ਰੀਤ ਸਿੰਘ ਜੀ ਦਾ ਇਹ ਭਾਵੇਂ ਕੋਈ ਮੰਨੇ ਭਾਜੀ ਇਹਨਾਂ ਨੂੰ ਫੋਲੋ ਕਰਨ ਵਾਲਾ ਭਾਵੇਂ ਨਾ ਮੰਨੇ, ਇਹਨਾਂ ਦੇ ਵਿੱਚ ਬਹੁਤ ਵੱਡੀ ਈਗੋ ਪ੍ਰੋਬਲਮ ਹੈ ਜਿਹੜੀ ਤੁਸੀਂ ਗੱਲ ਕਹੀ ਸੀ ਨਾ ਪਹਿਲੇ ਇੱਕ ਘੰਟੇ ਦੇ ਵਿੱਚ. ਉਦੋਂ ਮੈਂ ਫੋਨ ਕਰਨਾ ਸੀਗਾ ਲੇਕਿਨ ਮੈਂ ਕਿਹਾ ਚੱਲ ਮੈਂ ਬਾਅਦ ਚ ਕਰਾਂਗਾ. ਉਹੀ ਐਗਜੈਕਟਲੀ ਮੇਰੇ ਖਿਆਲ ਸੀਗੇ ਜਿਹੜੇ ਤੁਹਾਡੇ ਮੂੰਹ ਚੋਂ ਨਿਕਲ ਗਏ. ਇਹਨਾਂ ਦੇ ਵਿੱਚ ਈਗੋ ਦੀ ਪ੍ਰੋਬਲਮ ਹੈਗੀ ਹੈ, ਜਿਹੜਾ ਬੰਦਾ ਆਪਣੇ ਆਪ ਨੂੰ ਇੱਕ ਲੀਡਰ ਦੀ ਤਰ੍ਹਾਂ ਅੱਗੇ ਹੋ ਕੇ ਦੇਖਣਾ ਚਾਹੁੰਦਾ. ਬਰਗਾੜੀ ਕਾਂਡ ਦੇ ਵਿੱਚ ਇਹ ਅੱਗੇ ਸੀਗੇ, ਆਪਣੇ ਆਪ ਨੂੰ ਲੀਡਰ ਸੀਗੇ, ਧੁੰਦਾ ਜੀ ਟੱਟਰੀਆਂ ਵਾਲੇ ਇਹਨੇ ਸਾਰੇ ਇਹਨਾਂ ਦੇ ਪਿੱਛੇ ਖਲੋਤੇ ਸੀਗੇ. ਹੁਣ ਉਹੀ ਭਰਾ ਜਿਹਦੇ ਬਾਂਹ ਦੇ ਵਿੱਚੋਂ ਤੁਸੀਂ ਇੱਕ ਕੋਲਾ ਖੂਨ ਦਾ ਕੱਢਿਆ ਸੀਗਾ, ਨੰਗੇ ਧੜ ਹੋ ਕੇ ਉਹ ਲੜਦਾ ਪਿਆ. ਇਮੋਸ਼ਨਲ ਜਿਹੜਾ ਬੰਦਾ ਹੁੰਦਾ ਨਾ, ਹਾਂਜੀ, ਉਹਦੀ ਪ੍ਰੋਬਲਮ ਹੁੰਦੀ ਆ, ਖਾਸ ਕਰਕੇ ਜਿੱਦਾਂ ਫੀਮੇਲ ਸਾਈਡ ਆ ਨਾ, ਹਾਂਜੀ, ਉਹਦੀ ਜ਼ਿਆਦਾ ਹੁੰਦੀ ਆ ਜਿਹੜਾ ਮੂਡ ਸਵਿੰਗ ਹੁੰਦਾ. ਹਾਂਜੀ ਹਾਂਜੀ, ਉਹਦੇ ਕਈ ਕਾਰਨ ਹੁੰਦੇ ਕਿਉਂਕਿ ਫਿਜ਼ੀਕਲ ਜਿਹੜੀ ਹਾਲਤ ਆ ਨਾ, ਹਾਂਜੀ, ਉਹ ਇਦਾਂ ਦੀ ਹੁੰਦੀ ਆ, ਬਣੀ ਉਹ ਰੱਬ ਵੱਲੋਂ ਇਦਾਂ ਦੀ ਆ, ਫੈਮਿਨਿਜ਼ਮ ਆ, ਹਾਂਜੀ, ਹਾਂ ਠੀਕ ਆ,
ਉਹਦੇ ਵਿੱਚ ਜਿੱਦਾਂ ਮੂਡ ਸਵਿੰਗ ਹੁੰਦਾ, ਹਾਂਜੀ ਇਹਨਾਂ ਦਾ ਕਈ ਵਾਰੀ ਮੂਡ ਸਵਿੰਗ ਹੁੰਦਾ ਇਹਨਾਂ ਜਦੋਂ ਕਹਿੰਦੇ ਬਰਗਾੜੀ ਵੇਲੇ ਅਸੀਂ ਕੁਰਬਾਨੀ ਕਰਨ ਦੇ ਮੂਡ ਵਿੱਚ ਸੀ, ਉਦੋਂ ਸਾਡੇ ਨਾਲ ਖੜ, ਹੁਣ ਅਸੀਂ ਅਸੀਂ ਬੈਕਫੁੱਟ ਤੇ ਹੋ ਗਏ ਆ, ਹੁਣ ਇਹ ਵੀ ਪਿੱਛੇ ਆ ਜਾਵੇ, ਹੁਣ ਮੂਡ ਸਵਿੰਗ ਹੋ ਗਿਆ ਇਹਨਾਂ ਦਾ ਜੀ। ਵੀਰੇ ਸਾਡੇ ਨਾਲ ਤੇ ਗੱਲਾਂ ਖੇਡਦੇ ਕ੍ਰਿਕਟ ਵਾਂਗੂ ਵੀ ਹਰ ਬਾਲ ਦੇ ਉੱਤੇ ਮੈਂ ਡਿਸਾਈਡ ਕਰਾਂਗਾ ਮੈਂ ਕਰਨਾ। ਹਾਂ ਨਹੀਂ ਵੀ ਜਿੱਦਾਂ ਕੱਲ ਗੱਲ ਹੋਈ ਸੀ ਨਾ ਵੀਰੇ ਵੀ ਕੋਚ ਆ ਵੀ ਟੀਮ ਖੜਾਉਣੀ ਨਹੀਂ, ਅਸੀਂ ਆ ਕੇ ਮੁੜ ਕੇ ਜਾਣਾ ਘਰ ਨੂੰ, ਬਸ 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 ਵੀ ਡਿਸਾਈਡ ਕਰਨਾ ਕਿ ਮੈਂ ਬੈਕ ਫੁੱਟ ਤੇ ਜਾਣਾ ਹੈ ਕਿ ਮੈਂ ਫਰੰਟ ਫੁੱਟ ਤੇ ਜਾਣਾ ਹੈ। ਵੀ ਜੇ ਤੁਸੀਂ ਲੀਡਰ ਬਣਨ ਦਾ ਤੁਹਾਨੂੰ ਚਾਅ ਹੈਗਾ ਆ, ਅਸੀਂ ਤੇ ਚਾਹੁੰਦੇ ਹਾਂ ਸਾਨੂੰ ਕੋਈ ਲੀਡਰ ਮਿਲੇ, ਅੱਗੇ ਹੋਵੋ ਤੁਸੀਂ ਢੱਡਰੀਆਂ ਵਾਲੇ ਦੇ ਅੱਗੇ ਲੱਗੋ ਕਿ ਬਈ ਵੀਰਾ ਤੂੰ ਇੰਨਾ ਪ੍ਰਚਾਰ ਕਰ ਲਿਆ ਨੰਗੇ ਧੜ ਹੋ ਕੇ, ਹੁਣ ਮੈਨੂੰ ਕਰ ਲੈਂਦੇ, ਮੈਂ ਤੇਰੇ ਅੱਗੇ ਖੜਾ ਹੁੰਦਾ, ਤੂੰ ਆਪਣਾ ਬੰਦਾ ਮਰਵਾ ਲਿਆ, ਤੂੰ ਗੋਲੀਆਂ ਚਲਵਾ ਲਈਆਂ ਆਪਣੇ ਤੇ, ਹੁਣ ਮੈਨੂੰ ਅੱਗੇ ਆ ਲੈਂਦੇ। ਪਤਾ ਕੀ ਹੋਣਾ, ਪਤਾ ਕੀ ਹੋਣਾ ਹੈ ਬਈ, ਇਹਨਾਂ ਨੂੰ ਪਤਾ ਆ ਵੀ ਜੇ ਉਹ ਸਾਡੇ ਪਿੱਛੇ ਹੋਇਆ ਨਾ, ਉਹਨੂੰ ਹੱਥ ਚ ਫੜੀ ਉਹਨੀ ਛੂਛਕ ਦੇ ਜਿੱਧਰ ਪੈਂਦੀ ਇਹਨਾਂ ਦੇ ਗਿੱਟਿਆਂ ਤੇ, ਉਹਨੂੰ ਦੜਾ ਜਿੱਦਾਂ ਬਾਲ ਦਾ ਨੂੰ ਦੜਾਈ ਦਾ ਇਦਾਂ ਦੜਾਉਣੇ ਆ, ਇਹ ਤਾਂ ਭੱਜਦੇ ਆ ਉਹਦੇ ਕੋਲੋਂ। ਲੰਡੀ ਵਾਂਗੂ ਵੀ ਫਿਰਦੇ ਰਹੇ, ਅਗਲੀ ਗੱਲ ਨਾ ਹੀ ਕਹਾਂ ਤਾਂ ਸਮਝ ਆ ਗਈ ਹੋਣੀ ਤੁਹਾਨੂੰ, ਹੈਂ ਉਦੋਂ ਫਿਰ ਨਾਲ ਲੱਗ ਗਏ ਸਾਰਿਆਂ ਦੇ ਵੀ ਅਸੀਂ ਤੁਹਾਡੇ ਨਾਲ ਆ। ਪਰ ਤੁਸੀਂ ਆਹ ਗੱਲ ਦੱਸੋ ਕਿ ਜਦੋਂ ਕੌਮ ਨੂੰ ਲੋੜ ਆ, ਜਦੋਂ ਟਕਸਾਲੀ ਰੋਲਾ ਪਾਉਂਦੇ, ਜਦੋਂ ਬਾਦਲ ਰੋਲਾ ਪਾਉਂਦਾ, ਤੁਸੀਂ ਸਾਰੀ ਉਮਰ ਮਤ ਕੇ ਮੜੀਆਂ ਚ ਹੀ ਫਸੇ ਰਹਿਣਾ ਕਿ ਮੜੀਆਂ ਚੋਂ ਨਿਕਲੋ ਤੁਸੀਂ, ਮੜੀਆਂ ਚੋਂ ਨਿਕਲੋ ਤੁਸੀਂ, ਮੜੀਆਂ ਚੋਂ, ਉਹ ਉਦੋਂ ਤੱਕ ਤੇ ਬੰਦਿਆਂ ਨੇ ਮੜੀਆਂ ਚ ਪਹੁੰਚ ਜਾਣਾ, ਪਹਿਲੇ ਪਹਿਲੇ ਪਹੁੰਚ ਜਾਣੇ ਨਵੇਂ ਪਿਆਰੇ ਨੇ ਉਹਨਾਂ ਨੂੰ ਕੱਢਣਾ। ਨਹੀਂ ਹੁਣ ਇੱਕ ਨਹੀਂ ਇਹਨਾਂ ਦੀ ਹੁਣ ਗੱਲ ਜਿਹੜੀ ਹੁਣ ਵੀਰ ਕਰਕੇ ਗਿਆ ਵੀ ਮੜੀਆਂ ਦੀ ਇਹ ਗੱਲ ਕਰਦੇ ਆ, ਹੁਣ ਤੁਸੀਂ ਫੇਸਬੁੱਕ ਦੇਖ ਲਓ ਭਰੀ ਪਈ ਹੈ ਸੋਸ਼ਲ ਮੀਡੀਆ, ਕੋਈ ਵੀਡੀਓ ਬਣਾਉਂਦਾ, ਕੋਈ ਪੈਰ ਰੱਖ ਕੇ ਫੋਟੋ ਖਿਚਾ ਰਿਹਾ ਮੜੀ ਦੇ ਉੱਤੇ, ਕੋਈ ਤੋੜਦਾ ਪਿਆ ਉਹਨੂੰ, ਕੋਈ ਕੁਛ ਕਰਦਾ ਪਿਆ। ਆਹ ਸੋਚ ਕੇ ਦੇਖੋ ਵੀ ਕਈਆਂ ਲੋਕਾਂ ਦੀ ਆਸਥਾ ਆ, ਭਾਵੇਂ ਉਹਨੇ ਆ, ਅਸੀਂ ਮੰਨਦੇ ਹਾਂ ਕਿ ਉਹਨਾਂ ਨੂੰ ਨਹੀਂ ਅਕਲ ਹੈਗੀ, ਉਹਨੇ ਆ, ਉਹਨਾਂ ਨੂੰ ਨਹੀਂ ਸੋਝੀ ਹੈਗੀ, ਲੇਕਿਨ ਉਹਨਾਂ ਦੀ ਆਸਥਾ ਆ, ਉਹਨਾਂ ਦਾ ਰੱਬ ਆ, ਉਹ ਦੀਵੇ ਬਾਲਦੇ ਆ ਉੱਥੇ, ਕਿ ਉਹਨਾਂ ਦੇ ਦੀਵੇ ਬਾਲਣ ਵਾਲੀ ਜਗ੍ਹਾ ਦੇ ਉੱਤੇ ਜਿੱਥੇ ਉਹ ਮੱਥੇ ਟੇਕਦੇ ਆ, ਜੋ ਕੁਛ ਕੁਛ ਕਰਦੇ ਆ, ਤੁਸੀਂ ਇਹ ਹਰਕਤਾਂ ਜਾ ਕੇ ਕਰੋਗੇ, ਜਦੋਂ ਉਹ ਤੁਹਾਡੇ ਗੁਰਦੁਆਰੇ ਦੇ ਉੱਤੇ ਅਟੈਕ ਕਰਦੇ, ਗੁਰੂ ਗ੍ਰੰਥ ਸਾਹਿਬ ਤੇ ਅਟੈਕ ਹੁੰਦਾ, ਫਿਰ ਤੁਸੀਂ ਕਿਉਂ ਫਿਰ ਪਿੱਟ ਲਾ ਕੇ ਚਾਲਾ ਮਾਰਦੇ? ਕਿਤੇ ਇੰਨੀ ਸਮਝ ਕਿਤੇ ਸਾਡੇ ਯਾਰ, ਮੇਰੀ ਗੱਲ ਸੁਣੋ ਵੀਰਾ, ਤੇ ਇੰਨੀ ਸਮਝ ਹੈ ਸਾਡੇ ਕਥਾਕਾਰਾਂ ਨੂੰ, ਇਹ ਜਾਂਦੀ ਪ੍ਰਚਾਰਕਾਂ ਨੂੰ, ਇਦਾਂ ਕਪੂਰ ਇੱਕ ਜਗ੍ਹਾ ਲਿਖਦਾ, ਕਪੂਰ ਲਿਖਦਾ ਇੱਕ ਜਗ੍ਹਾ, ਉਹ ਕਪੂਰ ਲਿਖਦਾ, ਉਹ ਕਹਿੰਦਾ ਵੀ ਕਾਸ਼ ਕਿਤੇ ਇਹ ਕਿਤਾਬਾਂ ਜਿਹੜੀਆਂ ਆ, ਜਿਹੜੀਆਂ ਸਕੂਲਾਂ ਦੀਆਂ ਕਿਤਾਬਾਂ, ਵੀ ਬੱਚਿਆਂ ਦੇ ਨਾਲ ਨਾਲ ਟੀਚਰਾਂ ਨੂੰ ਵੀ ਸਮਝ ਆ ਜਾਂਦੀਆਂ। ਬਹੁਤ ਡੂੰਗੀ ਗੱਲ ਆ, ਲੇਕਿਨ ਸਮਝਣ ਵਾਲੀ ਗੱਲ ਆ ਵੀਰੇ। ਦੋਹਾਂ ਲਾਈਨਾਂ ਤੇ ਸਰੋਤੇ ਸਾਡੇ ਨਾਲ, ਦੇਖ ਲਈਏ ਟਾਈਮ ਸਾਡਾ 8 ਮਿੰਟ ਉੱਤੇ, 9 ਮਿੰਟ ਉੱਤੇ ਹੋ ਗਿਆ। ਥੈਂਕ ਯੂ, ਹੈ ਨਾ ਜੀ ਵੀਰ ਜੀ, ਤੁਹਾਡੀਆਂ ਗੱਲਾਂ ਵਧੀਆ ਲੱਗਦੀਆਂ, ਫੇਰ ਕਿਸੇ ਵੇਲੇ ਕਰ ਲਿਓ ਫੋਨ, ਹੈ ਨਾ। ਓਕੇ, 0108 ਦੇ ਉੱਤੇ ਹੈਗੇ ਆ ਜੀ ਤੁਸੀਂ? ਹਾਂਜੀ ਬਾਈ ਜੀ, ਹੈਗੇ ਆ। ਹਾਂਜੀ, ਛੇਤੀ ਕਰਿਓ ਫਿਰ। ਮੈਂ ਸੋਰੀ ਜੀ, ਮੈਂ ਤਾਂ ਵੇਟ ਹੀ ਬਹੁਤ ਚੜਦਾ ਕਰੀ, ਕੱਟਿਆ ਗਿਆ ਸੀ ਫੋਨ। ਮੈਂ ਤਾਂ ਤੁਹਾਨੂੰ ਇਹੀ ਦੱਸਣਾ ਸੀ, ਉਹ ਜਿਹੜੀਆਂ ਮੜੀਆਂ ਢਾਉਂਦੇ, ਮੈਂ ਢਿੱਲੋਂ ਬੋਲਦਾ ਬਾਈ, ਹਾਂਜੀ, ਤੇ ਉਹ ਜਿਹੜੀ ਉਹ ਮੜੀਆਂ ਢਾਉਂਦੇ ਆ, ਉਹ ਜਿਹੜੇ ਮੜੀਆਂ ਢਾਉਣ ਵਾਲੇ ਪਰਿਵਾਰ ਵੀ ਹੁੰਦੇ ਆ ਨਾ, ਉਹਨਾਂ ਦੇ ਵਿੱਚ ਵੀ 90% ਇੱਦਾਂ ਦੀ ਉਹਨਾਂ ਦੀ ਥਿੰਕਿੰਗ ਹੋ ਜਾਂਦੀ ਹੈ ਕਿ ਯਾਰ ਇਹ ਬਾਬੇ ਤੋਂ ਖਹਿੜਾ ਛਡਾਈਏ ਕਿਵੇਂ ਨਾ ਕਿਵੇਂ, ਵੀ ਆਪਾਂ ਕਦੋਂ ਦੇ ਇਹਨੂੰ ਪੂਜੀ ਜਾਂਦੇ, ਕਦੋਂ ਦੇ ਇਹਨੂੰ ਪੂਜੀ ਜਾਂਦੇ। ਮੈਂ ਤਰਕਸ਼ੀਲ ਦੇ ਵਿੱਚ ਕਾਫੀ ਕੰਮ ਕੀਤਾ ਉੱਥੇ ਨਾ, ਇੰਡੀਆ 'ਚ, ਉਹ 90% ਉਹਨਾਂ ਦੀ ਥਿੰਕਿੰਗ ਹੁੰਦੀ ਆ ਕਿ ਅਸੀਂ ਇਹਦੇ ਤੋਂ ਖਹਿੜਾ ਛਡਾਉਣਾ। ਓਦਾਂ ਪੰਥ ਪ੍ਰੀਤ ਨੂੰ ਕਹਿ ਜਾ ਕੇ ਢਾਕੇ ਵਿਖਾਵੇਗਾ ਕਿਸੇ ਦੀ ਮੜੀ। ਹਾਂ, ਮੈਂ ਗੱਲ ਠੋਕ ਕੇ ਕਹਿੰਦਾ ਵੀ ਪੰਥ ਪ੍ਰੀਤ ਨੂੰ ਕਹਿ ਵੀ ਓਦਾਂ ਮੜੀ ਢਾਕੇ ਵਿਖਾਵੇ, ਮੇਰੀ ਨਾ ਨਾ ਮੜੀ ਦੇ ਉੱਤੇ। ਜਸਵਿੰਦਰ ਨੇ ਪਤਾ ਕੀ ਕਹਿਣਾ, ਆਪਣੇ ਆਪਣੀ ਇੱਕ ਸੋਰੀ ਥੋੜੀ ਗੱਲ ਕਰਦਾ, ਮੈਂ ਆਪਣੇ ਪਿੰਡ ਚ ਆਪਣੇ ਖੇਤ ਚ ਮੜੀ ਬਣਾਈ ਤੇ ਮੈਂ ਉਹਨੂੰ ਪੂਜਦਾ ਦਿਲੋਂ ਨਾ, ਕਪੂਰ ਦੀ ਕਿਤਾਬ ਚੱਕ ਕੇ, ਤੇ ਕਪੂਰ ਕਹਿੰਦਾ ਵੀ ਲੰਮੀ ਛਾਲ ਮਾਰਨ ਵਾਸਤੇ ਪਿੱਛੇ ਹਟਣਾ ਪੈਂਦਾ, ਉਹਨੂੰ ਪਿੱਛੇ ਹਟਿਆ ਲਿਆ। ਖਾਈ ਟੱਪਣ ਲੱਗਾ ਕਹੇ ਦੋ ਛਾਲਾਂ ਚ ਟੱਪ ਲੈਣੀ ਆ ਮੈਂ, ਹਜੇ ਉਹ ਪਿੱਛੇ ਨੂੰ ਹਟ ਰਿਹਾ।
ਗੱਬੇ ਡਿੱਗੂ ਨਾ ਨਾ ਜੇ ਤੁਸੀਂ ਕਹਿੰਦੇ ਨਾ ਵੀ ਉਹਨੂੰ ਏਦਾਂ ਉਠਾ ਕੇ ਦਿਖਾ ਲਏ, ਜਸਵਿੰਦਰ ਨੇ ਕਹਿਣਾ ਸ਼ੈਂਟੀ ਦੇ ਪਾਪਾ ਏਦਾਂ ਨੀ ਕਰਨੀਆਂ। ਚਲੋ ਵੀਰੇ ਚੰਗਾ ਵੀਰੇ, ਦੂਜੀ ਲਾਈਨ ਤੇ ਸਾਡੇ ਨਾਲ ਸਰੋਤੇ ਦੇਖ ਲਈ 0107 ਦੇ ਉੱਤੇ ਹੈਗੇ ਆ ਜੀ ਤੁਸੀਂ? ਹਾਂਜੀ ਫੇ ਆ ਗਏ ਜੋ ਮਰਜੀ ਦੁਨੀਆਂ ਇੱਧਰ ਦੀ ਇੱਧਰ। ਮੇਰਾ ਤਾਂ ਮਤਲਬ ਇਹ ਸੀਗਾ ਕੈਂਟ ਦੱਸਣ ਦਾ ਵੀ ਇੱਕ ਬੰਦਾ ਇੱਕ ਦਿਨ ਪਹਿਲਾਂ ਕੌਮ ਵਾਸਤੇ ਕੰਮ ਕਰ ਰਿਹਾ ਉਹ ਰਾਤੋ ਰਾਤ ਬਦਲ ਜਾਂਦਾ, ਜੇ ਭਗਵਾਨ ਬਦਲ ਗਏ ਤਾਂ ਜਿਵੇਂ ਕੈਂਟ ਵਾਸਤੇ ਆਮ ਬੰਦਿਆਂ ਦੀ ਦ੍ਰਿਸ਼ਟੀ ਬਦਲ ਜਾਂਦੀ, ਇਹਨਾਂ ਵਾਸਤੇ ਵੀ ਬਦਲਣੀ ਹੈ। ਜਿਹੜੇ ਬੰਦੇ ਨੂੰ ਆਹੀ ਨੀ ਸਮਝ ਆ ਰਿਹਾ, ਧੰਨ ਹੈ ਭਰਾਵਾ ਤੁਸੀਂ ਜਿਹੜੇ ਇਹੋ ਜਿਹਾ ਮੱਥਾ ਲਾਈ ਬੈਠੇ। ਇਹਨਾਂ ਚੋਂ ਕਰੀਮ ਕੱਢਣੀ ਅਸੀਂ, ਮੱਖਣ ਕੱਢ ਕੇ ਦਿਖਾ ਲਾਂਗੇ ਸਾਡੀ ਕਾਰੀ। ਮੈਂ ਅਸੀਂ ਕੀ ਹੋਏ ਫੇ, ਅਸੀਂ ਤਾਂ ਰੇਤੇ ਚੋਂ ਤੇਲ ਕੱਢ ਲਈਦਾ। ਮੈਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਯਾਰ 2 ਸਾਲ ਹੋ ਗਏ ਸਾਨੂੰ ਧੁੰਦੇ ਨੂੰ ਸੁਣਦੇ ਨੂੰ, ਹਾਂਜੀ ਇਹ ਧੁੰਦਾ ਬਗਲਾ ਸਾਹਿਬ ਕਿੱਦਾਂ ਬੋਲਦਾ ਰਿਹਾ, ਪਹਿਲਾਂ ਕਿੱਦਾਂ ਬੋਲੀ ਗਿਆ। ਮੈਂ ਕਿਹਾ ਵੀ ਅਸੀਂ ਸਾਡਾ ਕੀ ਹੋਣਾ ਹੋਇਆ ਫੇ, ਸੀਰੀਅਸ ਸੀਰੀਅਸ ਨਾ ਲੈ ਲਿਓ ਮਜ਼ਾਕ ਦੇ ਮੂਡ ਚ। ਚਲੋ ਚਲੋ ਠੀਕ ਹੈ, ਧੰਨਵਾਦ। ਮਾੜੀ ਮੋਟੀ ਅਕਲ ਦਓ ਵੀ ਮਾੜਾ ਮੀਨਿੰਗ ਤਾਂ ਸਮਝੋ, ਲੈ ਸਾਡੀ ਦਿੱਤੀ ਲੈ ਲਓਗੇ। ਸਾਡੇ ਇੱਕ ਛੋਟੀ ਜਿਹੀ ਗੱਲ ਕਰਕੇ ਮੈਂ ਕੱਟ ਦੇਣਾ, ਸਾਡੇ ਇੱਕ ਮੁੰਡਾ ਸੀਗਾ ਉਹ ਕਹਿੰਦਾ ਵੀ ਮੈਂ ਟਰੱਕ ਤੇ ਜਾਣਾ, ਮੈਂ ਕਿਹਾ ਵੀ ਆ ਨਾਲ, ਇੰਡੀਆ ਦੀ ਗੱਲ ਹੈ। ਭਾਦੋਂ ਦਾ ਮਹੀਨਾ ਜਲੰਧਰ ਬਾਈਪਾਸ ਤੇ ਪੈਂਚਰ ਹੋ ਗਿਆ, ਮੈਂ ਕਿਹਾ ਵੀ ਚੱਲ ਕਾਕਾ ਚੈੱਕ ਲਾ ਤਾ ਥੱਲੇ। ਜਦ ਉਹ ਨਿੱਕਰ ਵੀ ਚਿੜ ਗਈ ਉਹਦੀ ਲੁੱਕ ਨਾਲ, ਕਹਿੰਦਾ ਬਾਈ ਮੈਂ ਨੀ ਗਾਹ ਨੂੰ ਤੱਕ ਕਿਉਂ, ਮੈਂ ਕਿਹਾ ਕਿਉਂ, ਕਹਿੰਦਾ ਧੰਨ ਹੈ ਤੁਸੀਂ ਜਿਹੜੇ ਇਹੋ ਜਿਹੇ ਫਰੀ ਹੈ ਉਹ ਜਗ੍ਹਾ ਚਾਹੀਦੀ ਹੈ। ਧੋਂਦੇ ਨੇ ਵੀ ਕਿਤੇ ਇਹੋ ਜਿਹਾ ਟਾਈਮ ਨੀ ਦੇਖਿਆ ਹੋਣਾ, ਇਹਨੂੰ ਵੀ ਉੱਤੇ ਇੱਦਾਂ ਕਰਿਆ ਲਿਆਉਣੀਆਂ ਜਲਦੀਆਂ। ਔਖਾ 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 ਜੀ ਔਖਾ, ਹੁਣ ਤਾਂ ਔਖਾ ਹੋ ਗਿਆ। ਠੀਕ ਹੈ ਧੰਨਵਾਦ ਜੀ, ਚਲੋ ਧੰਨਵਾਦ ਜੀ। ਆਪਾਂ ਟਾਈਮ ਆਪਣਾ ਬਹੁਤ ਹੋ ਗਿਆ, ਹੁਣ ਆਪਾਂ ਹੋਰ ਨਾ ਕਾਲ ਲਈਏ, 15 ਮਿੰਟ ਉੱਤੇ ਹੋ ਗਿਆ ਸਾਡੇ, ਤੇ ਆਪਾਂ ਮਿਲਾਂਗੇ ਬੁੱਧਵਾਰ ਨੂੰ। ਕੱਲ ਨੂੰ ਜਿਹਨਾਂ ਦੀ ਤਸੱਲੀ ਨਹੀਂ ਹੋਈ, ਕੱਲ ਨੂੰ ਬਲਜਿੰਦਰ ਹੋਣਾ ਦੇ ਪ੍ਰੋਗਰਾਮ ਚ ਚਿੱਟੀ ਸਿਉਂਕ ਦੇ ਵਿੱਚ ਫੋਨ ਕਰ ਲਿਓ। ਸ਼ੁੱਕਰਵਾਰ ਦਾ ਪਤਾ ਨੀ ਕਿੱਦਾਂ ਹੋਣਾ, ਜੇ ਸਾਨੂੰ ਲੱਗਿਆ ਕਿਸੇ ਹੋਰ ਨੂੰ ਫੋਨ ਕਰਨ ਦਾ ਮੂਡ ਹੋਇਆ, ਇੱਦਾਂ ਥੋੜਾ ਮਨੋਰੰਜਨ ਕਰਨਾ ਹੋਇਆ ਕਰ ਲਵਾਂਗੇ, ਨਹੀਂ ਤਾਂ ਆਪਾਂ ਮਿਲਾਂਗੇ ਸ਼ਨਿਚਰਵਾਰ ਪ੍ਰੋਗਰਾਮ 10 ਮਿੰਟਾਂ ਦਾ ਸੱਚ ਵਿੱਚ, ਉਹ ਤੋਂ ਬਾਅਦ ਐਤਵਾਰ ਭਗਤੀ ਮਸਲੇ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।